हाँ जी, सत श्री अकाल दोस्तों, स्वागत है तुहाडा उड़ान इंस्टीट्यूट बहिंडा दे विच। अज दे इस लाइव सैशन दे विच असीं इकट्ठे होए हां प्रीवियस ईयर पेपर SST 2017 दे विचों हिस्टरी दे सैगमेंट नूं डिस्कस करन लई। तां असीं इस पेपर दे विच हिस्टरी दे क्वेश्चनस नूं डिस्कस करांगे ते उहनां दे वख-वख अस्पैक्ट्स बारे गल करांगे। ठीक है जी, तां चलो करिए शुरुआत 2017 दा पेपर। फस्ट क्वेश्चन है जी, आइडेंटिफाई द सिटी ऑफ ग्रेट बाथ। ग्रेट बाथ नाल संबंधित केड़ा शहर आ, तां तुसीं इहदा आंसर जानदे हो मोहनजोदड़ो। चार शहरां दा जिक्र आ इत्थे जिहड़े कि हड़प्पा सभ्यता जां इंडस वैली सभ्यता नाल जुड़े हुए शहर ने। सब तो पहला असीं हड़प्पा की ही गल करिए जी। हड़प्पा शहर कादे लई मशहूर आ, क्योंकि सब तो पहला खोजा जाण वाला शहर आ। 1921 ਦੇ ਵਿੱਚ ਦਿਆ ਰਾਮ ਸਾਹਨੀ ਨੇ ਹੜੱਪਾ ਦੀ ਖੋਜ ਕੀਤੀ ਤੇ ਹੜੱਪਾ ਤੋਂ ਕਾਫੀ ਸਾਰੀਆਂ ਇੰਪੋਰਟੈਂਟ ਚੀਜ਼ਾਂ ਮਿਲੀਆਂ। ਜਦੋਂ ਇਹ ਪਹਿਲਾ ਖੋਜਿਆ ਜਾਣ ਵਾਲਾ ਸ਼ਹਿਰ ਸੀ ਤਾਂ ਇਸੇ ਸ਼ਹਿਰ ਤੇ ਸਭਿਅਤਾ ਦਾ ਇੱਕ ਵਾਰੀ ਨਾਮ ਵੀ ਪਿਆ। ਠੀਕ ਹੈ ਜੀ, ਫਿਰ ਕਾਲੀਬੰਗਾਂ ਦੀ ਗੱਲ ਕਰੀਏ। ਕਾਲੀਬੰਗਾਂ ਰਾਜਸਥਾਨ ਦੇ ਵਿਚਲਾ ਵਿਚਕਾਰ ਇੱਕ ਲੱਭੀ ਗਈ ਸਾਈਟ ਆ ਜੀ, ਜਿਹੜੀ ਕਿ ਹਨੂਮਾਨਗੜ੍ਹ ਡਿਸਟ੍ਰਿਕਟ ਦੇ ਵਿੱਚ ਆ। ਕਾਲੀਬੰਗਾਂ ਜੋ ਮਸ਼ਹੂਰ ਆ ਉਹ ਹੈ ਵਾਹੀ ਹੋਈ ਜ਼ਮੀਨ ਲਈ। ਕਾਲੀਬੰਗਾ ਇੱਕ ਐਸੀ ਸਾਈਟ ਸੀ ਜਿਸਦਾ ਹੇਠਲਾ ਭਾਗ ਵੀ ਕਿਲੇ ਨੁਮਾ ਦੀਵਾਰਾਂ ਦੇ ਨਾਲ ਢੱਕਿਆ ਹੋਇਆ ਸੀ, ਕਵਰਡ ਸੀਗਾ। ਬਾਕੀ ਸ਼ਹਿਰਾਂ ਦੇ ਵਿੱਚ ਦੇਖੀ ਆਪਾਂ ਅਪਰ ਪਾਰਟ ਕਵਰ ਨੇ, ਸਟਾਡਲ ਕਵਰ ਨੇ, ਇਹਦਾ ਲੋਅਰ ਪਾਰਟ ਵੀ ਕਵਰ ਸੀ। ਧੌਲਾਵੀਰਾ ਦੀ ਗੱਲ ਕਰੀਏ, ਧੌਲਾਵੀਰਾ ਆਪਦੇ ਡਰੇਨ ਸਿਸਟਮ ਲਈ ਬਹੁਤ ਮਸ਼ਹੂਰ ਆ ਜੀ। ਸਭ ਤੋਂ ਅੱਛਾ ਜਿਹੜਾ ਡਰੇਨ ਸਿਸਟਮ ਆ ਉਹ ਧੌਲਾਵੀਰਾ 'ਚ ਪਾਇਆ ਗਿਆ, ਇਹਦੀ ਵਿਸ਼ੇਸ਼ਤਾ ਹੈ ਨਾ। ਤਾਂ ਧੌਲਾਵੀਰਾ ਰੌਕ ਕੱਟ ਡਰੇਨ ਸਿਸਟਮ ਲਈ ਵੀ ਮਸ਼ਹੂਰ ਆ। ਪੱਥਰ ਨੂੰ ਕੱਟ ਕੱਟ ਕੇ ਨਾਲੀਆਂ ਝੀਲਾਂ ਬਣਾਈਆਂ ਗਈਆਂ, ਤਾਂ ਇਹਦੀ ਵਿਸ਼ੇਸ਼ਤਾ ਉਹ ਆ। ਪਰ ਜੋ ਇਸ ਕੁਐਸਚਨ ਦੇ ਵਿੱਚ ਜਿਹੜੀ ਜੋ ਵਿਸ਼ੇਸ਼ਤਾ ਪੁੱਛੀ ਗਈ ਆ, ਗ੍ਰੇਟ ਬਾਥ ਕਿਹੜੀ ਸਾਈਟ ਦੀ ਵਿਸ਼ੇਸ਼ਤਾ? ਮੋਹਨ ਜੋਦੜੋ ਦੀ ਵਿਸ਼ੇਸ਼ਤਾ। ਤਾਂ ਇਸ ਪਹਿਲੇ ਕੁਐਸਚਨ ਦਾ ਸਹੀ ਆਂਸਰ ਕੀ ਆ ਜੀ? ਮੋਹਨ ਜੋਦੜੋ। ਨੈਕਸਟ ਜੀ, ਅੱਗੇ ਚੱਲਦੇ ਹਾਂ ਜੀ। ਰਿਗਵੇਦਾਇਜ਼, ਤੁਸੀਂ ਜਾਣਦੇ ਹੋ ਕਿ ਵੈਦਿਕ ਕਾਲ ਦੇ ਵਿੱਚ ਚਾਰ ਵੇਦ ਲਿਖੇ ਗਏ, ਜਾਂ ਇਹਨੂੰ ਉਲਟਾ ਸਮਝ ਲਈਏ ਆਪਾਂ ਕਿ ਜੋ ਸਾਨੂੰ ਚਾਰੇ ਵੇਦਾਂ ਨੂੰ ਪੜ੍ਹ ਕੇ ਜਿਹੜੇ ਸਮੇਂ ਕਾਲ ਦੀ ਜਾਣਕਾਰੀ ਮਿਲਦੀ ਆ ਉਹਨੂੰ ਅਸੀਂ ਵੈਦਿਕ ਕਾਲ ਕਹਿੰਦੇ ਹਾਂ। ਉਸ ਚਾਰੇ ਵੇਦਾਂ ਦੇ ਵਿੱਚੋਂ ਸਭ ਤੋਂ ਪ੍ਰਾਂਤਨ ਵੇਦ ਕਿਹੜਾ? ਰਿਗਵੇਦ ਆ ਜੀ, ਜਿਹਨੂੰ ਸਭ ਤੋਂ ਪ੍ਰਾਂਤਨ ਵੇਦ ਕਿਹਾ ਜਾਂਦਾ ਗਾ। ਰਿਗਵੇਦ ਕੀ ਆ ਜੀ? ਪੁੱਛਿਆ ਗਿਆ ਇੱਥੇ ਸਾਨੂੰ ਕੁਐਸਚਨ, ਤਾਂ ਰਿਗਵੇਦ ਪ੍ਰਾਰਥਨਾਵਾਂ ਦਾ ਇਕੱਠਾ, ਕਲੈਕਸ਼ਨ ਆਫ ਪ੍ਰੇਅਰਸ ਆ ਜੀ ਰਿਗਵੇਦ, ਨਾ ਕਿ ਮੰਤਰਾਂ ਦਾ ਜਾਂ ਰਾਈਟਸ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ, ਹਨਾ। ਤਾਂ ਪ੍ਰਾਰਥਨਾਵਾਂ ਪਹਿਲੀ ਆਪਸ਼ਨ ਆ, ਬਿਲਕੁਲ ਸਹੀ ਆਪਸ਼ਨ ਆ। ਤੁਸੀਂ ਜਾਣਦੇ ਹੋ ਕਿ ਰਿਗਵੇਦ ਦੇ ਵਿੱਚ 10,500 ਮੰਤਰ ਨੇ, ਹਨਾ। ਜਦੋਂ ਅਸੀਂ ਇਹਨੂੰ ਡਿਫਾਈਨ ਕਰਨ ਦੀ ਅੱਗੇ ਕੋਸ਼ਿਸ਼ ਕਰਦੇ ਹਾਂ, 1028 ਸੂਤਕ ਨੇ, 10 ਮੰਡਲ ਨੇ। ਮੰਡਲ ਦਾ ਮਤਲਬ 10 ਪਾਰਟਸ ਨੇ। ਇਹੀ ਰਿਗਵੇਦ ਆ ਜਿਸ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਉੱਥੇ ਇੱਕ ਭਰਤ ਕਬੀਲਾ ਸੀ ਜਿਹਦਾ ਰਾਜਾ ਸੁਦਾਂਸ ਸੀ। ਸੁਦਾਂਸ ਨੇ 10 ਰਾਜਿਆਂ ਦੇ ਨਾਲ ਯੁੱਧ ਕੀਤਾ, ਜਿਸ ਨੂੰ 10 ਰਾਜਨ ਵਾਰ ਦਾ ਨਾਮ ਦਿੱਤਾ ਜਾਂਦਾ। ਉਹੀ ਇਸ ਰਿਗਵੇਦ ਦੇ ਵਿੱਚ ਜ਼ਿਕਰ ਆਉਂਦਾ ਉਸ ਯੁੱਧ ਦਾ। ਇਸੇ ਰਿਗਵੇਦ ਦੇ ਵਿੱਚ ਜ਼ਿਕਰ ਆਉਂਦਾ ਕਿ ਆਰੀਅਨਸ ਸਭ ਤੋਂ ਪਹਿਲਾਂ ਇਸ ਸੱਤ ਸਿੰਧੂ ਦੀ ਧਰਤੀ ਤੇ ਆ ਕੇ ਵਸੇ, ਮਤਲਬ ਕਿ ਸੱਤ ਦਰਿਆਵਾਂ ਦੀ ਧਰਤੀ ਤੇ ਆ ਕੇ ਵਸੇ, ਮਤਲਬ ਕਿ ਪੰਜਾਬ ਦੀ ਧਰਤੀ ਤੇ ਆ ਕੇ ਵਸੇ। ਇਸੇ ਰਿਗਵੇਦ ਦੇ ਵਿੱਚ ਇਹ ਜ਼ਿਕਰ ਆਉਂਦਾ, ਇਸੇ ਰਿਗਵੇਦ ਦੇ ਵਿੱਚ ਵਰਣ ਵਿਵਸਥਾ ਦਾ ਜ਼ਿਕਰ ਆਉਂਦਾ। ਉਹ ਸਭ ਕੁਛ ਦਾ ਕਲੈਕਸ਼ਨ ਆ ਜਿਹੜੀ ਉਹ ਰਿਗਵੇਦ ਦੇ ਵਿੱਚ ਪਾਈ ਜਾਂਦੀ ਆ। ਤਾਂ ਕਰਕੇ ਅਸੀਂ ਰਿਗਵੇਦਿਕ ਇਰਾ ਤੇ ਉੱਤਰ ਵੈਦਿਕ ਇਰਾ ਕਹਿੰਦੇ ਹਾਂ। ਤਾਂ ਰਿਗਵੇਦ ਕਾਹਦੀ ਕਲੈਕਸ਼ਨ ਆ? ਪ੍ਰੇਅਰਸ ਦੀ ਕਲੈਕਸ਼ਨ ਆ, ਜੇ ਅਸੀਂ ਇਕੱਲੇ ਇਸ ਕੁਐਸਚਨ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ। ਬਾਕੀ ਅਸੀਂ ਨਾਲ ਇਹਦੀ ਥੋੜ੍ਹੀ ਜਿਹੜੀ ਜਾਣਕਾਰੀ ਉਹ ਕੀਤੀ ਆ। ਅੱਗੇ ਚੱਲਦੇ ਹਾਂ ਜੀ। ਹੂ ਵਾਜ਼ ਦਾ ਕਿੰਗ? ਜਨਕ ਰਾਜਾ ਜਨਕ ਕੌਣ ਸੀ? ਠੀਕ ਹੈ ਜੀ, ਪਹਿਲੀ ਗੱਲ ਤਾਂ ਰਾਜਾ ਜਨਕ ਇਹ ਜੋ ਇਹ ਕਨਸੈਪਟ ਆ, ਇਹ ਨਾਮ ਆ, ਇਹ ਕਿੱਥੋਂ ਲਿੱਤਾ ਗਿਆ? ਰਾਜਾ ਜਨਕ ਨਾਮ ਲਿੱਤਾ ਗਿਆ ਰਮਾਇਣ ਤੋਂ। ਠੀਕ ਹੈ ਜੀ, ਰਮਾਇਣ ਹੁਣ ਲਿਟਰੇਚਰ ਆ, ਗ੍ਰੰਥ ਹੈ ਇੱਕ ਰਮਾਇਣ। ਤੁਸੀਂ ਜਾਣਦੇ ਹੋ ਮਹਾਂਭਾਰਤ ਤੇ ਰਮਾਇਣ ਦੋ ਐਪਿਕਸ ਨੇ ਜੋ ਦੋ ਮਹਾਂਕਾਵ ਨੇ। ਤਾਂ ਇਹ ਦੋਨੋਂ ਮਹਾਂਕਾਵ ਕਿਹੜੇ ਟਾਈਮ 'ਚ ਲਿਖੇ ਗਏ ਨੇ? ਇਹ ਦੋਨੋਂ ਮਹਾਂਕਾਵ ਉੱਤਰ
वैद्य केरा दे लिखे गए ने, मतलब के जो ऋग्वेद तो बाद जिहड़े समय च तीन ग्रंथ लिखे गए ने उन्हां ग्रंथां दे नाल बहुत सारे उप ग्रंथ भी लिखे गए ने, ब्रह्म ग्रंथ, आरण्यक ग्रंथ, उपनिषद। उसे तरह दो महाकाव्य लिखे गए ने, रामायण ते महाभारत। उसे रामायण दे विच राजा जनक का जिक्र आउंदा जो कि फादर ऑफ सीता, सीता माता रामचंद्र जी की पत्नी जिन्होंने स्वंबर दे विच रामचंद्र जी ने जितया, वो तुसी रामायण का जरा सारा कंसैप्ट समझते हो, तो सीता दे माता का नाम राजा जनक सी। नैक्सट जी अगे चलते हैं लिच्छवी राजकुमारी किसकी माता सी? Whose mother was Lichhvi princess? किसकी माता सी लिच्छवी राजकुमारी? लॉर्ड बुद्धा, ऋषि वाल्मीक, ऋषि विश्वमित्रा, लॉर्ड महावीरा। तो लॉर्ड महावीरा की माता का नाम जी माता सी वह लिच्छवी वंश नाल संबंधित सी। त्रिशला उन्हों का नाम सी, लॉर्ड महावीर की माता का नाम जो कि लिच्छवी घराने संबंधित सी, उन्हों की राजकुमारी सी। फिर जी अगे लॉर्ड महावीर पास्ड अवे, कित्थे डैथ हुई लॉर्ड महावीर की? पावापुरी दे विच डैथ हुई, पावापुरी दे विच डैथ हुई। पावापुरी उस समय मल जनपद दे विच सी, मल मल जनपद दे विच सीगा, ठीक है जी। ये बिहार वाला इलाका, उत्थे जिहड़ी महावीर जैन की डैथ हुई आ, जिसनों असीं पावापुरी नाम लैंदे आ। फिर तुसीं नलंदा जिवें कि बुद्धिज्म नूं लैके एक यूनिवर्सिटी लई मशहूर आ, है ना, बुद्धि बोधि सिक्ख्या लई मशहूर आ, सांची स्तूप लई मशहूर आ, राजगीर अलग अलग नाम ने। फिर असीं अगे चलीए, अष्टांग मार्ग की आ बई? अष्टांग मार्ग तां तुसीं जाणदे हो कि अष्टांग मार्ग का संबंध आ जिहड़ा उह सिद्धा सिद्धा बुद्धिज्म नाल आ, है ना, बुद्ध धर्म नाल आ। तां अष्टांग मार्ग एट फोल्ड पाथ आ जी, अठ ऐसा अष्ट मार्ग कहा जाता कि जे तुसी अठ चीज़ां ते चलोगे तो तुसी जिहड़ी तुहानूं मुक्ति प्राप्त होगी, तो दुखां तों तुहाडा निवारण होगा। वह अष्ट मार्ग दे विच अहिंसा, सच, चोरी ना करना वगैरह वगैरह, इस तरह दीआं चीज़ां ने, जिसनों अष्टांग मार्ग कहा जाता। तो इहदी सही ऑप्शन की है? बी इहदी सही ऑप्शन है जी। फिर असीं अगे चलते हैं जी, वट वाज द नंबर ऑफ महाजनपद इन द एज ऑफ बुद्ध? बुद्ध दे समय दे दौरान महाजनपद किन्ने सी? महाजनपद है कि पहली गल कंसैप्ट, जो असी इंडिया का मैप देखते हैं, खास करके उप महादीप का मैप, जो उप महादीप का मैप कहने तो उसका मतलब की है कि इनकलूड कर लें आपां पाकिस्तान नूं भी, बंगलादेश नूं भी, वगैरह वगैरह। तो उस दे विच बोधी ग्रंथां दे अकॉर्डिंग जिहड़े महाजनपद, महाजनपद का मतलब एक देश तो ही रिप्रजेंट करता है शब्द, कबीलियां दा वड्डा रूप, महाजनपद, ठीक है जी। तो किन्नी सी बई इन्हां दी गिनती? 16 सी जी इन्हां दी गिनती, 16 महाजनपद सीगे जिहड़े बुद्ध काल दे विच सी ते बोधी ग्रंथां दे विच डिफाइन जिन्हां नूं कीता गया। हु वाज मैक्नीज? तां तुसीं मैक्नीज कौन सी बई, है ना? तो सही इहदी ऑप्शन की आ? ग्रीक अंबैसडर सी, ग्रीक राजदूत सी मैकनीज। तुसी जानते हो कि मैकनीज नूं चंद्रगुप्त मौरिया के दरबार के सैलुअस निकेटर ने भेजा सीगा। सैलुअस निकेटर सिकंदर द्वारा स्थापित किया गया गवर्नर से, इत्थे जदों 326 ईस्वी की जंग पोर्स नालों सिकंदर जित लैंदा, जिहड़ी कि हाइडेस्पस की वॉर हुई सी, तां उह वापस जा रहा आपदे राज ते उहने इत्थे आपदे गवर्नर नियुक्त करते, जिन्हां चों इक सैलुअस निकेटर सी। अज दे अफगानिस्तान वाला इलाका जिहड़ा उत्थे उहनूं नियुक्त किया गया। उसे समय दौरान इंडिया दे विच कौटल्या ने चंद्रगुप्त मौरिया की मदद दे नाल, है ना, नंद वंश दे राजे धनानंद नूं हराता, ते पंजाब भी इन्हां ने जित लिया, ते इत्थे एक राज आपदा स्टैबलिश कर लिया जिहनूं असीं मौरिया वंश कहिंदे आ। 305 ईस्वी च जाके दोनों दे विचकार जंग हुंदी है, सैलुअस निकेटर ते चंद्रगुप्त मौरिया दे विचकार। इस जंग दे विच्चों कोई नतीजा नहीं निकलता, अखीर नूं वैहक संबंध दे विच दोनों ये परिवार बज जाते हैं। कॉर्लिस जां सैलुअस सैलुअस निकेटर की जिहड़ी पुत्री का विआह चंद्रगुप्त मौरिया नाल कर दिता जाता, इसे दे बदले 500 हाथी चंद्रगुप्त मौरिया सैलुअस निकेटर नूं गिफ्ट च दिंदा। ते सब तो इंपॉर्टेंट मैक्सनीज एक राजदूत सैलुअस निकेटर चंद्रगुप्त दरबार के चंद्रगुप्त मौरिया के दरबार के भेजता। सैलुअस निकेटर 302 तो लैके
298 का जिहड़ा है समा इस समय दे विच मैक्थनीज चंद्रगुप्त मौर्य दे दरबार दे विच रहिंदा। इहने किताब लिखी इंडिका जिहड़ी कि चंद्रगुप्त मौर्य दे नाल संबंधित सी, उहदे राजभाग उहदा एडमिनिस्ट्रेशन नाल संबंधित सी। वट इज क्रॉस्टी, एक लिपि है जी, एक स्क्रिप्ट आ, पटकथा आ, थोड़ा पंजाबी च इहदा जिहड़ा तर्जुमा गलत कीता होया। तां क्रॉस्टी एक स्क्रिप्ट आ जी, लिपि है कि अफगानिस्तान की लिपि है जी क्रॉस्टी है, ठीक है जी। तो यदि ऑप्शन ए सही है नौवें की। हाँ जी, अशोक का जो दूसरा नाम आ पियादसी कदों डिस्कवर किया गया? आप जानते हैं कि अशोक के कई सारे नाम ने जिमें कि अशोक वर्धन, पियादसी, पियादर्शी, बहुत सारे इतिहासकार कहते हैं कि यह उपाधियां ने, पर जिहड़ा इत्थे सानू क्वेश्चन दे विच पुछा जा रहा कि पियादसी एक कदों खोजिया गया नाम, तो यह बड़ा फैक्चुअल क्वेश्चन आए 1915 पियादसी जिहड़ा हैगा नाम खोजिया गया सीगा जी, ठीक है जी। चलो जी अगे चलते हैं जी। नैक्सट क्वेश्चन हैगा विच गुप्ता रूलर वाज मैरिड टू लिच्छवी प्रिंसेस। लिच्छवी वंश बहुत इंपोर्टेंट वंश सीगा गुप्तास दे समय जदों इह स्टार्टिंग चाहुंदे ने, तां उन उस वंश दे नाल वैहिक संबंध बनाउणा एक वड्डी राजनीतिक घटना सी। तां इस क्वेश्चन दे विच जिहड़ा पुछया गया कि किहड़े गुप्त शासक दा लिच्छवी वंश दी राजकुमारी दे नाल विआह होया, तां चंद्रगुप्त फस्ट दा होया जी, चंद्रगुप्त फस्ट दा, ठीक है जी। इह लिच्छवी चंद्रगुप्त फस्ट दा जदों विआह होया, इन्हां ने इस खुशी दे विच सिक्के भी चलाए। राणी कुमार देवी नाम सी उहदा जिक्र भी सिक्क्यां ते कीता गया। समुंदर गुप्त भी इलाहाबाद स्तंभ लेख ते आपदे आप नूं जिहड़ा लिच्छवी दोहत्रा कह के वड़ियाउंदा। तां इत्थों असीं अंदाजा लगा सकदे हां कि लिच्छवी वंश जिहड़ा परिवार आ उहदा किन्ना रुतबा सीगा, ठीक है जी। अगे चलदे हां जी। भारत दा नपोलियन किहनूं कहा जांदा बई? गुप्तास दे विच्चों ही इह क्वेश्चन आ। तां भारत दा नपोलियन समुंदर गुप्त नूं कहा जांदा जी। वी ए स्मिथ ने यह स्टेटमेंट दिती सी, तुसी जानदे हो कि नपोलियन फ्रांस नाल रिलेटड सी ते उह आपदी जिंदगी दे विच कोई जंग नहीं सी हारिया, पर अंतम जंग सी जिहड़ी वाटरलू दी वॉर, उहदे च उहदी हार होई सीगी। तां वी ए स्मिथ ने नपोलियन दा कंपैरिजन इंडियन हिस्टरी दे विच समुंदर गुप्त नूं भारत दा नपोलियन आख्या, क्योंकि समुंदर गुप्त ने बड़ियां सारियां जित्तां जित्तियां आपदे जीवन काल दे विच, ते उस समराज के उत्ते चंद्रगुप्त विक्रमादित्य ने बहुत खूबसूरत राज चलाया, ते उन्हें एक अच्छा एडमिनिस्ट्रेशन दिता जिन्हों गोल्डन ईरा ऑफ गुप्तास कहा जाता है। समुंदर गुप्त दियां इन्हां जित्तां दा वर्णन इलाहाबाद स्तंभ लेख ते भी है, जिसनों समुंदर गुप्त के राज कवि हरी सेन ने लिखवाया सीगा, ठीक है जी। चलो जी अगे चलते हैं जी आप। अच्छा जी, गुप्त शासन के दौरान महान गणित शास्त्री का नाम दसो, ग्रेट मैथमैटिशन। ये भी बड़ा सौखा क्वेश्चन है कि गुप्त काल के दौरान जिहड़ा महान गणित शास्त्री कौन सी? तो वह सी जी आर्यभट्ट, आर्यभट्ट। तो बड़ा यह जिहड़ा हैगा फेमस गणित शास्त्री सीगा जिहड़ा गुप्तास दे समय होया, रत्ना चों एक सीगा। 476 दे विच पाटलीपुत्र दे विच आर्यभट्ट का जन्म होंदा। पाटलीपुत्र दे विच आर्यभट्ट दा जन्म होंदा, ठीक है जी। दशमल डैसीमल दी खोज इन्होंने की। आर्यभट्ट गणित शास्त्र होने दे नाल नाल भूगोल शास्त्री भी सी, ते साडी हिस्टरी दा एक बहुत इंपॉर्टेंट व्यक्ति आ, ठीक है जी। अगे चलते हैं जी। ह्यून सांग विजिटड इंडिया ड्यूरिंग द रीजन ऑफ। ह्यून सांग कदों भारत का दौरा किया? ह्यून सांग ने पहली गल तो जी ह्यून सांग सी कौन? ह्यून सांग सीगा जी एक चीनी यात्री सीगा। ह्यून सांग ने हर्षवर्धन दे समय भारत दा दौरा किया। वैसे तो ह्यून सांग ने पलकेशन दूजे दे समय भी दौरा किया, क्योंकि पलकेशन दूजे दे समय भी ह्यून सांग उहदे राज च गया सीगा, पर हर्षवर्धन इत्थे ज्यादा ढुकमी ऑप्शन आ। हर्षवर्धन ने ही ह्यून सांग नूं कनौज सम्मेलन जिहड़ा इलाहाबाद च होया सीगा, कनौज सम्मेलन ਦਾ ਜਿਹੜਾ ਹੈਗੇ ਪ੍ਰਧਾਨਗੀ ਦਿੱਤੀ ਸੀਗੀ ਹਿਊਨ ਸਾਂਗ ਨੂੰ, ਜੋ ਉਹਨੇ ਬੋਧੀ ਸਭਾ ਕਰਵਾਈ ਸੀਗੀ, ਠੀਕ ਹੈ ਜੀ। ਤਾਂ ਚਲੋ ਜੀ, ਹਿਊਨ ਸਾਂਗ ਹਰਸ਼ਵਰਧਨ ਦੇ ਸਮੇਂ ਭਾਰਤ 'ਚ ਆਇਆ ਸੀ। ਨੈਕਸਟ ਹੈਗਾ ਜੀ, ਵਕਾ ਟੱਕ ਕੌਣ ਸੀਗੇ ਬਈ? ਹੂ ਆਰ ਵਕਾ ਟੱਕ? ਕਸ਼ਤਰੀਆ ਸੀ,
वैश्य सी, शूद्र सी जां ब्राह्मण सी। तां इन्हां चों सही ऑप्शन हैगी है जी ब्राह्मण सी जी, वाकाटक ब्राह्मण सी जी। अगे जी नैक्सट, पलकेशन दूजा कौन सी बई? पलकेशन दूजा पल्लव राजा सी, कदंब राजा सी, गुप्त राजा सी जां चालुक्य राजा सी? तां पलकेशन दूजा चालुक्य राजा सी। पलकेशन सैकेंड ने हर्षवर्धन नूं भी जंग दे विच हराया सी। पलकेशन सैकेंड बहुत इंपॉर्टेंट राजा रहा गा, जे आपां चालुक्य वंश की गल करिए तां इह चालुक्य वंश चों एक प्रसिद्ध राजा होया। चरवाका एडवोकेट्स, चरवाका हमायत करते हैं। चरवाका एक फिलोसफी है जी, जिहड़ी मटीरियलिस्टिक नाल जुड़ी हुई फिलोसफी आ। मतलब के सी ऑप्शन इहदी सही ऑप्शन आ। वेद धर्म जिहड़े धार्मिक रीति रिवाज उन्हां नूं इन्हां ने क्रिटिसाइज किया, ये भौतिकवाद नाल जुड़ी हुई जिहड़ी हैगी आ एक फिलोसफी आ, जिवें कि कार्ल मार्क्स की फिलोसफी है। प्रांतन इंडिया के विचों चरवाका इस जिहड़ी फिलोसफी नूं डील करती है। फिर जी प्रतिहार, प्रतिहार डोमीनेट्स, कितने प्रतिहारा ने डोमीनेशन दिखाई है जी आपकी? गुर्जर प्रतिहार, गुर्जर प्रतिहार केड़े इलाकों के राजे सी? गुजरात के कुछ पार्ट्स राजस्थान का, उस इलाके जिहड़ा वह पूरा खेत्र आदे इलाके से गुर्जर प्रतिहार है ना, प्रतिहार कह दें। तो वह इलाके कितने ने? उत्तरी भारत च ने। तो यदी सही ऑप्शन कि ए ऑप्शन, यदी सही ऑप्शन आ गुर्जर प्रतिहार, जां प्रतिहार शासक कितों के राजे राजे कितने डोमीनेट करते? उत्तरी भारत च डोमीनेट करते। अच्छा जी नैक्सट जी, हु फाउंडेड द चौल अंपायर, किने चौल अंपायर की स्थापना की? ये तुसी जानते हो, यदि सही ऑप्शन हैगी सी, विजयालिया ने चौल वंश की जिहड़ी हैगी आ चौल साम्राज की वह स्थापना की सी। अगे जी तंजौर इन्हां दी राजधानी सी, तुहाडे ध्यान च होगा तंजौर। फिर है जी कुतुबद्दीन ऐबक की डैथ कदों हुई? कुतुबद्दीन ऐबक की डैथ 1210 नूं लाहौर दे विच हुई। किवें हुई बई? पोलो खेडदे ने हुई, चुगान बोलदे आ जिहनूं पंजाबी च चुगान, कि घोड़े तो डिग के कुतुबद्दीन ऐबक की डैथ हुई। कुतुबद्दीन ऐबक तुसीं जाणदे हो कि मुहम्मद गौरी का एक दास सी ते गवर्नर भी सी। जो मुहम्मद गौरी ने तराइन दियां दोनों दूसरी लड़ाई जीती तो उन्हें पृथ्वीराज चौहान का अंत करता, तो उन्हें इंडिया के जो राज स्टैबलिश किया उन्होंने कुछ आपके गवर्नरां दे विच वंडता, जिहदे विचों एक कुतुबद्दीन ऐबक सी, बख्तियार खिलजी सी, नासरुद्दीन कबाचा सी, इस तरह के कई उहदे गवर्नर सीगे। उन्हां चों जदों उहदी डैथ हुंदी आ 1206 दे विच, मुहम्मद गौरी की खोखर कबीले उन्होंने कतल कर देंदे ने, तां कुतुबद्दीन ऐबक दे अधीन सीगा लाहौर ते दिल्ली वाला इलाका जिथों दा गवर्नर सी। तां उन्होंने सारे गवर्नर ने ही आपदे आप नूं आजाद घोषित करता ते उसे आजादी दे विचों कुतुबद्दीन ऐबक लाहौर का सुल्तान बन गया। इहदी राजधानी लाहौर सी, लाहौर दे विच ही इहदी घोड़े तो डिग के 1210 दे विच डैथ हो जाती है। चलो जी अलाउद्दीन खिलजी रूल्ड ओवर इंडिया, कदों अलाउद्दीन खिलजी ने जिहड़ा राज कीता भारत ते? तां ये सिंपल क्वेश्चन आ जी, 1296 तो लैके 1306 तक बड़ा कमाल दा राज सी। जलालुद्दीन फिरोज खिलजी ने खिलजी वंश की स्थापना की सी, पर उन्हों कतल करता सी अलाउद्दीन खिलजी ने ते खुद गद्दी ते बैठ गया। 20 साल लगभग गद्दी ते रहा, कमाल दा राज सी। मार्केट सिस्टम इन्हें अस्टैबलिश किया, चेहरे ते दाग की प्रथा इन्हें चलाई, मंडियां स्थापित इन्हें कीतियां, पूर्ण जमीन की पैमान मिनती इन्हें करवाई, खालस भूमि नियुक्त इन्हें की, बड़े सारे काम ने जिन्हों असी दो लैक्चर्स के भी गिन नहीं सकते। बड़ा जिहड़ा महत्वपूर्ण राजा रहा गा इंडिया के लिए। तो यदी ऑप्शन हैगी है जी सी। फिर अगे गल करिए जी सुहरावर्दी, यह एक फलसफा, यह एक सूफी सिलसिला जी। बेसिकली सुहरावर्दी सूफी सिलसिला, सूफीजम इंडिया दे विच 11वीं तो 12वीं सदी दे विच सूफीजम दी शुरुआत हुंदी आ जी। ठीक है जी, सूफीजम दीआं कई सारियां लहरां ने, उन्हां लहरां दे विचों ही एक लहर हैगी आ सुहरावर्दी। 1168 दे विच इहदी शुरुआत हुंदी आ, अब्दुल वाहिद सुहरावर्दी ने इहदी शुरुआत कीती सी, जे तुसीं नोट करना चाहुंदे हो। ठीक है जी अगे चलदे आ जी।
ਨੈਕਸਟ ਕੁਐਸਚਨ ਹੈਗਾ ਜੀ ਓਰਿਜਨਲ ਨੇਮ ਕੀ ਸੀ ਸ਼ੇਰ ਸ਼ਾਹ ਸੂਰੀ ਦਾ ਸ਼ੇਰ ਸ਼ਾਹ ਸੂਰੀ ਤੁਸੀਂ ਜਾਣਦੇ ਹੋ ਕਿ ਜਿਵੇਂ ਆਪਾਂ ਅਲਾਊਦੀਨ ਖਿਲਜੀ ਦੀ ਗੱਲ ਕਰ ਰਹੇ ਹਾਂ ਉਸੇ ਤਰੀਕੇ ਨਾਲ ਸ਼ੇਰ ਸ਼ਾਹ ਸੂਰੀ ਵੀ ਥੋੜੇ ਸਮੇਂ ਦੇ ਵਿੱਚ ਇੰਡੀਆ ਦਾ ਬਹੁਤ ਕਮਾਲ ਦਾ ਰਾਜਾ ਹੋਇਆ ਗਾ ਹਨਾ 1540 ਤੋਂ ਲੈ ਕੇ 1545 ਤੱਕ ਹੀ ਸ਼ੇਰ ਸ਼ਾਹ ਸੂਰੀ ਨੇ ਰਾਜ ਕੀਤਾ ਜਦੋਂ ਉਹਨੇ ਹਿਮਾਯੂ ਨੂੰ ਹਰਾਇਆ 45 ਤੋਂ ਲੈ ਕੇ 56 ਤੱਕ ਸ਼ੇਰ ਸ਼ਾਹ ਸੂਰੀ ਦੇ ਜਿਹੜੇ ਵੰਸ਼ ਸੀਗੇ ਅੱਗੇ ਉਹਨਾਂ ਨੇ ਰਾਜ ਕੀਤਾ ਪਰ ਉਹ ਨਾ ਮਾਤਰ ਸੀ ਉਹਨਾਂ ਚੋਂ ਕੁਛ ਵੀ ਯਾਦ ਰੱਖਣ ਯੋਗ ਨਹੀਂ ਪਰ 5 ਸਾਲ ਜਿਹੜਾ ਸ਼ੇਰ ਸ਼ਾਹ ਸੂਰੀ ਦਾ ਰਾਜ ਆ ਉਹ ਕਮਾਲ ਦਾ ਰਾਜ ਸੀ ਉਸੇ ਸ਼ੇਰ ਸ਼ਾਹ ਸੂਰੀ ਦਾ ਜਿਹੜਾ ਬਚਪਨ ਦਾ ਜਾਂ ਓਰਿਜਨਲ ਨਾਮ ਕੀ ਸੀ ਤੇ ਉਹ ਨਾਮ ਸੀ ਫਰੀਦ ਸੀਗਾ ਜੀ ਉਹ ਨਾਮ ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ ਚਲੋ ਨੈਕਸਟ ਹੈਗਾ ਜੀ ਪਰਸਨ ਹੋਲਡਿੰਗ ਰੈਂਕ ਬਿਲੋ 500 ਜਾਤ ਵਰ ਕਾਲਡ 500 ਜਾਤ ਤੋਂ ਹੇਠਲੇ ਰੈਂਕ ਵਾਲੇ ਕਹਾਉਂਦੇ ਸੀ ਇਹ ਜੀ ਬੇਸਿਕਲੀ ਜਿਹੜਾ ਮਨਸਬਦਾਰੀ ਸਿਸਟਮ ਚਲਾਇਆ ਸੀਗਾ ਅਕਬਰ ਨੇ ਉਹਦੇ ਨਾਲ ਸੰਬੰਧਿਤ ਇਹ ਕੁਐਸਚਨ ਹੈ ਤਾਂ ਜਿਹੜਾ 500 ਤੋਂ ਨੀਚੇ ਵਾਲੇ ਲੋਕ ਸੀ ਉਹ ਕਹਾਉਂਦੇ ਸੀ ਮਨਸਬਦਾਰ ਜਿਹੜਾ ਇਸ ਕੁਐਸਚਨ ਦਾ ਸਹੀ ਆਂਸਰ ਆ ਮਨਸਬਦਾਰ ਮਨਸਬਦਾਰੀ ਸਿਸਟਮ ਤੁਸੀਂ ਜਾਣਦੇ ਹੋ ਕਿ ਮਨਸਬਦਾਰੀ ਸਿਸਟਮ 10 ਤੋਂ ਲੈ ਕੇ 10,000 ਤੱਕ ਦਾ ਸਿਸਟਮ ਸੀਗਾ ਇਹ ਇੱਕ ਰੈਂਕ ਜਾਂ ਪਦਵੀ ਸੀਗੀ ਹਨਾ ਜੋ ਫੌਜ ਨੂੰ ਅੱਛਾ ਚਲਾਉਣ ਲਈ ਇਹ ਸਿਸਟਮ ਅਪਣਾਇਆ ਗਿਆ ਸੀ ਅਕਬਰ ਨੇ ਬੜਾ ਵੱਡਾ ਸਿਸਟਮ ਆ ਇਹਨੂੰ ਅੱਛੇ ਤਰੀਕੇ ਨਾਲ ਐਕਸਪਲੇਨ ਤਾਂ ਅਸੀਂ ਜਦੋਂ ਇਹਦੇ ਬਾਰੇ ਪੜ੍ਹਾਂਗੇ ਉਹਦੀ ਕਰਾਂਗੇ ਪਰ ਇਹਦੇ 'ਚ ਜ਼ਾਤ ਤੇ ਸਵਾਰ ਦੋ ਤਰੀਕੇ ਨਾਲ ਇਹਨੂੰ ਡਿਫਾਈਨ ਕੀਤਾ ਗਿਆ ਸੀ ਦੋ ਪਾਰਟ ਸੀਗੇ ਇਹਦੇ ਜ਼ਾਤ ਤੇ ਸਵਾਰ ਤਾਂ ਇੱਥੇ ਜਿਹੜਾ ਪੁੱਛਿਆ ਗਿਆ ਸਾਨੂੰ ਕਿ 500 ਜਾਤ ਤੋਂ ਘੱਟ ਵਾਲਿਆਂ ਨੂੰ ਕੀ ਕਿਹਾ ਜਾਂਦਾ ਸੀ ਤਾਂ ਮਨਸਬਦਾਰ ਕਿਹਾ ਜਾਂਦਾ ਸੀਗਾ ਜੇ 500 ਤੋਂ ਲੈ ਕੇ 2500 ਵਾਲੇ ਲੋਕ ਸੀਗੇ ਜਿਹੜੇ 500 ਤੋਂ ਲੈ ਕੇ 2500 ਵਾਲੀ ਗਿਣਤੀ 500 ਤੋਂ 2500 ਜਾਤ ਵਾਲੇ ਲੋਕ ਸੀਗੇ ਉਹਨਾਂ ਨੂੰ ਅਮੀਰ ਕਿਹਾ ਜਾਂਦਾ ਸੀ ਠੀਕ ਹੈ ਜੀ 2500 ਪਲੱਸ ਵਾਲਿਆਂ ਨੂੰ ਅਮੀਰ ਉਮਦਾ ਕਿਹਾ ਜਾਂਦਾ ਸੀਗਾ ਠੀਕ ਹੈ ਜੀ ਚਲੋ ਜੀ ਅੱਗੇ ਚੱਲਦੇ ਹਾਂ ਜੀ ਇਹਦੇ ਬਾਰੇ ਆਪਾਂ ਜ਼ਿਆਦਾ ਗੱਲ ਉੱਥੇ ਕਰਾਂਗੇ ਦ ਬੈਟਲ ਆਫ ਸਾਮੂਗੜ ਮਈ 1658 ਕਿਹਦੇ ਨਾਲ ਸੰਬੰਧਿਤ ਆ ਜੀ ਤੇ ਤੁਸੀਂ ਜਾਣਦੇ ਹੋ ਇਹ ਹੈ ਜੀ ਔਰੰਗਜ਼ੇਬ ਨਾਲ ਸੰਬੰਧਿਤ ਹੈ ਜੀ ਇਹ ਉਹੀ ਲੜਾਈ ਆ ਜਿਸ ਦੇ ਵਿੱਚ ਔਰੰਗਜ਼ੇਬ ਦਾਰਾ ਸ਼ਿਕੋਹ ਨੂੰ ਅੰਤਮ ਤੌਰ ਤੇ ਹਰਾ ਦਿੰਦਾ ਹਨਾ ਸ਼ਾਹ ਸੁਜਾਹ ਨੂੰ ਵੀ ਹਰਾ ਦਿੰਦਾ ਤੇ ਉਹ ਸ਼ਾਹਜਹਾਂ ਨੂੰ ਆਗਰਾ ਆ ਕੇ ਕੈਦ ਕਰ ਲੈਂਦਾ ਤੇ 8 ਸਾਲਾਂ ਲਈ ਕੈਦ ਰੱਖਦਾ ਤੇ ਖੁਦ ਗੱਦੀ ਤੇ ਬੈਠ ਜਾਂਦਾ ਦਾਰਾ ਸ਼ਿਕੋਹ ਦਾ ਜਿਹੜਾ ਸਿਰ ਕਲਮ ਕਰਕੇ ਇੱਕ ਪਲੇਟ 'ਚ ਰੱਖ ਕੇ ਸ਼ਾਹਜਹਾਂ ਨੂੰ ਪਹੁੰਚਾ ਦਿੱਤਾ ਜਾਂਦਾ ਸਾਮੂਗੜ ਦੀ ਨਿਰਣਾਇਕ ਲੜਾਈ ਜਿਹੜੀ ਦਾਰਾ ਸ਼ਿਕੋਹ ਤੇ ਜਦੋਂ ਔਰੰਗਜ਼ੇਬ ਦੇ ਵਿੱਚ ਗੱਦੀ ਲਈ ਲੜਾਈ ਹੋ ਰਹੀ ਸੀ ਤਾਂ ਉਹਨਾਂ 'ਚੋਂ ਇਹ ਨਿਰਣਾਇਕ ਲੜਾਈ ਸੀ ਜਿਸ ਦੇ ਵਿੱਚ ਔਰੰਗਜ਼ੇਬ ਜਿੱਤ ਪ੍ਰਾਪਤ ਕਰਦਾ ਤੇ ਹਿੰਦੁਸਤਾਨ ਦਾ ਅਗਲਾ ਰਾਜਾ ਬਣਦਾ ਅੱਗੇ ਜੀ ਸਤਨਾਮੀ ਵਿਦਰੋਹ ਸਥਿਤ ਸੀ ਕਿੱਥੇ ਸਤਨਾਮੀ ਵਿਦਰੋਹ ਦਾ ਜਿਹੜਾ ਪ੍ਰਭਾਵ ਸੀਗਾ ਉਹ ਕਿੱਥੇ ਸੀ ਸਤਨਾਮੀ ਵਿਦਰੋਹ ਦਾ ਪ੍ਰਭਾਵ ਸੀ ਜਿਹੜਾ ਉਹ ਦਿੱਲੀ ਆਗਰਾ ਜਿਹੜਾ ਮਿਡ ਇੰਡੀਆ ਦਾ ਮੱਧ ਭਾਰਤ ਉਸ ਇਲਾਕੇ ਦੇ ਵਿੱਚ ਜਿਹੜਾ ਹੈਗਾ ਆਗਰਾ ਦਿੱਲੀ ਦੇ ਖੇਤਰ ਦੇ ਵਿੱਚ ਸਤਨਾਮੀ ਵਿਦਰੋਹ ਦਾ ਪ੍ਰਭਾਵ ਸੀ ਅੱਗੇ ਚੱਲਦੇ ਹਾਂ ਜੀ ਅਸੀਂ ਨਾਦਰ ਸ਼ਾਹ ਨਾਦਰ ਸ਼ਾਹ ਨੇ ਦਿੱਲੀ ਤੇ ਡਾਕਾ ਕਦੋਂ ਮਾਰਿਆ ਜਾਂ ਦਿੱਲੀ ਤੇ ਹਮਲਾ ਕਦੋਂ ਕੀਤਾ ਨਾਦਰ ਸ਼ਾਹ ਨੇ ਤਾਂ ਇਹ 1739 ਦੇ ਵਿੱਚ ਦਿੱਲੀ ਤੇ ਨਾਦਰ ਸ਼ਾਹ ਨੇ ਹਮਲਾ ਕੀਤਾ ਸੀ 1739 ਦੇ ਵਿੱਚ ਭਾਰਤ ਦਾ ਜਿਹੜਾ ਮੁਗਲ ਸ਼ਾਸਕ ਸੀ ਉਹ ਮੁਹੰਮਦ ਸ਼ਾਹ ਰੰਗੀਲਾ ਸੀ ਮੁਹੰਮਦ ਸ਼ਾਹ ਰੰਗੀਲਾ ਨੇ ਨਾਦਰ ਸ਼ਾਹ ਦੇ ਵਿਰੁੱਧ ਇੱਕ ਜੰਗ ਤਾਂ ਲੜੀ ਸੀ ਜਿਸ ਨੂੰ ਕਰਨਾਲ ਦੀ ਲੜਾਈ ਕਿਹਾ ਜਾਂਦਾ ਪਰੰਤੂ ਉਸ ਲੜਾਈ ਦੇ ਵਿੱਚ ਨਾਦਰ ਸ਼ਾਹ ਦੀ ਜਿੱਤ ਹੋਈ ਤੇ ਮੁਹੰਮਦ ਸ਼ਾਹ ਰੰਗੀਲਾ ਦੀ ਹਾਰ ਹੋਈ ਨਾਦਰ ਸ਼ਾਹ ਨੇ ਬੜੇ ਜ਼ਾਲਮਾਨਾ ਤਰੀਕੇ ਨਾਲ ਦਿੱਲੀ ਨੂੰ ਲੁੱਟਿਆ ਜਾਂਦਾ ਹੋਇਆ ਕੋਹੇਨੂਰ ਹੀਰਾ ਵੀ ਲੈ ਗਿਆ ਤਖ਼ਤ ਤੇ ਤਾਊਜ ਵੀ ਲੈ ਗਿਆ ਤੇ ਇਹ ਇੱਕ ਬਹੁਤ ਇੰਪੋਰਟੈਂਟ ਹਮਲਾ ਮੰਨਿਆ ਜਾਂਦਾ ਗਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਮਾਡਰਨ ਇੰਡੀਆ ਦੇ ਵਿੱਚ ਇੰਡੀਆ ਤੇ ਕੀਤਾ ਗਿਆ ਠੀਕ ਹੈ ਜੀ ਫਿਰ ਜੀ ਨੈਕਸਟ ਆ ਜੀ ਟੀਪੂ ਸੁਲਤਾਨ ਟੀਪੂ ਸੁਲਤਾਨ ਦੀ ਡੈਥ ਕਦੋਂ ਹੁੰਦੀ ਹੈ ਜੀ ਇਹਦਾ ਡੀ ਆਪਸ਼ਨ ਆ ਜੀ ਸ੍ਰੀ ਗੰਗਾਪਟਨਮ ਦੇ ਵਿੱਚ 1799 ਦੇ ਵਿੱਚ ਸ੍ਰੀ ਗੰਗਾਪਟਨਮ ਦੇ ਵਿੱਚ 1799 ਦੇ ਵਿੱਚ ਟੀਪੂ ਸੁਲਤਾਨ ਦੀ ਡੈਥ ਹੋ ਜਾਂਦੀ ਹੈ ਅੰਗਰੇਜ਼ਾਂ ਵਿਰੁੱਧ ਲੜਾਈ ਲੜਦਾ ਜਿਹੜੀ ਹੈਗੀ ਇਹ ਡੈਥ ਹੋ ਜਾਂਦੀ ਹੈ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਆ ਜੀ ਵੇ ਡੈਡ ਈਸਟ ਇੰਡੀਆ ਕੰਪਨੀ ਅਸਟੈਬਲਿਸ਼ਡ ਦਾ ਡਿਊਲ ਸਿਸਟਮ ਦੋਹਰੀ ਸ਼ਾਸਨ ਵਿਵਸਥਾ ਕਿੱਥੇ ਸਥਾਪਿਤ ਕੀਤੀ ਗਈ ਤਾਂ ਇਹ ਇੰਪੋਰਟੈਂਟ ਆ ਜੀ ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਵਿਵਸਥਾ ਸਥਾਪਿਤ ਕੀਤੀ ਗਈ ਸੀਗੀ ਬੰਗਾਲ ਦੇ ਵਿੱਚ 1765 ਤੋਂ ਲੈ ਕੇ 1772 ਦੇ ਦਰਮਿਆਨ
ਦੋਹਰੀ ਸ਼ਾਸਨ ਵਿਵਸਥਾ ਕਲਾਈਵ ਨੇ, ਰੋਬਰਟ ਕਲਾਈਵ, ਤੁਸੀਂ ਸਾਰਿਆਂ ਨੇ ਪੜ੍ਹਿਆ ਹੋਊਗਾ, ਰੋਬਰਟ ਕਲਾਈਵ ਨੇ ਦੋਹਰੀ ਸ਼ਾਸਨ ਵਿਵਸਥਾ ਸਥਾਪਿਤ ਕੀਤੀ ਸੀ। ਦੋਹਰੀ ਸ਼ਾਸਨ ਵਿਵਸਥਾ ਦਾ ਸਿਸਟਮ ਕੀ ਕਿ ਆਰਥਿਕਤਾ ਨੂੰ ਅਲੱਗ ਕਰਤਾ ਤੇ ਪ੍ਰਸ਼ਾਸਨ ਨੂੰ ਅਲੱਗ ਕਰਤਾ, ਵਿਵਸਥਾ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ, ਉਹਨੂੰ ਦੋਹਰੀ ਸ਼ਾਸਨ ਵਿਵਸਥਾ ਕਹਿੰਦੇ ਆਪਾਂ, ਠੀਕ ਹੈ ਜੀ। ਚਲੋ ਜੀ ਅੱਗੇ ਚੱਲਦੇ ਹਾਂ ਜੀ। ਤੀਵਾਂ ਕੁਐਸਚਨ ਹੈਗਾ ਕਿ ਅਵਧ ਨੂੰ ਕਦੋਂ ਮਿਲਾਇਆ ਗਿਆ, ਅੰਗਰੇਜ਼ਾਂ ਨੇ ਆਪਦੇ ਅਧੀਨ ਕਦੋਂ ਕੀਤਾ ਅਵਧ ਨੂੰ। ਅਵਧ ਦਾ ਨਵਾਬ ਤੁਸੀਂ ਜਾਣਦੇ ਹੋ ਕਿ ਤੁਹਾਡੇ ਧਿਆਨ ਚ ਹੋਊਗਾ ਕਿ ਅਵਧ ਦੇ ਨਾਲ ਜਿਹੜੀ ਸੰਧੀ ਹੋਈ ਸੀਗੀ ਬਕਸਰ ਦੀ ਲੜਾਈ ਵੇਲੇ, ਬਕਸਰ ਦੀ ਲੜਾਈ ਤੋਂ ਬਾਅਦ ਅਵਧ ਨੂੰ ਅੰਗਰੇਜ਼ਾਂ ਦੇ ਰਹਿਮੋ ਕਰਮ ਤੇ ਰੱਖਿਆ ਗਿਆ, ਪਰ ਅਵਧ ਦੇ ਨਵਾਬ ਜਿਹੜੇ ਸੀਗੇ ਉਹ ਅੰਗਰੇਜ਼ਾਂ ਦੇ ਅਕੋਰਡਿੰਗ ਹੀ ਚੱਲੇ। ਪਰ ਜਿਵੇਂ ਜਿਵੇਂ 1857 ਤੱਕ ਪਹੁੰਚਦੇ ਨੇ, ਲੈਪਸ ਦੀ ਨੀਤੀ ਦੇ ਅਧੀਨ ਡਲਹੌਜ਼ੀ ਨੇ ਦੇਸ਼ ਦੇ ਵੱਖ ਵੱਖ ਰਾਜਾਂ ਨੂੰ ਆਪਦੇ ਅਧੀਨ ਕਰਨਾ ਸ਼ੁਰੂ ਕਰਤਾ, ਤਾਂ ਅਵਧ ਲਈ ਕੋਈ ਵੀ ਖਾਸ ਜਿਹੜਾ ਹੈਗਾ ਉਹਨਾਂ ਕੋਲੇ ਰੀਜ਼ਨ ਨਹੀਂ ਸੀ ਕਿ ਕਿਸ ਤਰੀਕੇ ਨਾਲ ਅਸੀਂ ਅਵਧ ਨੂੰ ਆਪਦੇ ਅਧੀਨ ਕਰੀਏ। ਤਾਂ ਅਵਧ ਨੂੰ ਸਿਰਫ ਇੰਨਾ ਹੀ ਕਿਹਾ ਗਿਆ ਨਵਾਬ ਵਾਜਿਦ ਅਲੀ ਨੂੰ ਕਿ ਜੀ ਤੁਹਾਡਾ ਪ੍ਰਸ਼ਾਸਨ ਨਹੀਂ ਸਹੀ ਅਵਧ ਦੇ ਵਿੱਚ, ਇਹੀ ਕਹਿ ਕੇ 1856 ਦੇ ਵਿੱਚ ਅਵਧ ਨੂੰ ਆਪਦੇ ਅਧੀਨ ਕਰ ਲਿਆ ਗਿਆ ਕਿ ਪ੍ਰਸ਼ਾਸਨ ਨਹੀਂ ਸਹੀ। ਤਾਂ ਬੇਸਿਕਲੀ ਰਾਜ ਹੜੱਪਣ ਦੀ ਨੀਤੀ ਤਹਿਤ 1856 ਨੂੰ ਅਵਧ ਨੂੰ ਅੰਗਰੇਜ਼ਾਂ ਨੇ ਆਪਦੇ ਅਧੀਨ ਕੀਤਾ। ਨੈਕਸਟ ਹੈਗਾ ਜੀ, ਹੂ ਵਾਜ਼ ਦਾ ਗਵਰਨਰ ਜਨਰਲ ਆਫ ਇੰਡੀਆ ਇਨ 1857। ਵਿਦਰੋਹ ਦੇ ਸਮੇਂ, ਜਿਹੜਾ ਆਜ਼ਾਦੀ ਦਾ ਪਹਿਲਾ ਵਿਦਰੋਹ ਆ, ਉਸ ਵਿਦਰੋਹ ਦੇ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਤਾਂ ਤੁਸੀਂ ਜਾਣਦੇ ਹੋ ਲਾਰਡ ਕੈਨਿੰਗ ਸੀਗਾ ਜੀ। ਕੈਨਿੰਗ ਸੀਗਾ ਭਾਰਤ ਦਾ ਗਵਰਨਰ ਜਨਰਲ, ਭਾਰਤ ਦਾ ਅੰਤਮ ਗਵਰਨਰ ਜਨਰਲ, ਭਾਰਤ ਦਾ ਪਹਿਲਾ ਵਾਇਸ ਰਾਏ ਲਾਰਡ ਕੈਨਿੰਗ ਸੀਗਾ। ਜਦੋਂ ਡੈਕਲੇਰੇਸ਼ਨ ਆਉਂਦਾ ਗਾ ਕੁਈਨ ਵਿਕਟੋਰੀਆ ਦਾ ਵਿਦਰੋਹ ਤੋਂ ਬਾਅਦ, ਤੇ ਭਾਰਤ ਦਾ ਜਿਹੜਾ ਸਿਸਟਮ ਆ ਉਹ ਸਿੱਧੇ ਰੂਪ ਚ ਅੰਗਰੇਜ਼ੀ ਸੰਸਦ, ਇੰਗਲੈਂਡ ਲੰਡਨ ਸੰਸਦ ਦੇ ਅਧੀਨ ਆ ਜਾਂਦਾ, ਇੰਗਲੈਂਡ ਦੇ ਅਧੀਨ ਆ ਜਾਂਦਾ, ਕੰਪਨੀ ਨੂੰ ਵਿਚਕਾਰੋਂ ਕੱਢ ਦਿੱਤਾ ਜਾਂਦਾ। ਤਾਂ ਗਵਰਨਰ ਜਨਰਲ ਜੋ ਪਦਵੀ ਸੀ ਇਹ ਕੰਪਨੀ ਦੀ ਸੀ, ਠੀਕ ਹੈ ਜੀ। ਬੋਰਡ ਆਫ ਜਿਹੜਾ ਕੰਟਰੋਲ ਤੋਂ ਕੱਢ ਕੇ ਇਹਨੂੰ ਸੈਕਟਰੀ ਆਫ ਸਟੇਟਸ ਦੇ ਅਧੀਨ ਕਰ ਦਿੱਤਾ ਜਾਂਦਾ। ਤਾਂ ਗਵਰਨਰ ਜਨਰਲ, ਅੰਤਮ ਗਵਰਨਰ ਜਨਰਲ ਸੀਗਾ ਜਿਹੜਾ ਉਹ ਲਾਰਡ ਕੈਨਿੰਗ ਸੀ, ਤੇ ਪਹਿਲਾ ਵਾਇਸ ਰਾਏ ਵੀ ਲਾਰਡ ਕੈਨਿੰਗ ਸੀਗਾ, ਠੀਕ ਹੈ ਜੀ। ਚਲੋ ਜੀ, ਤਾਂ 57 ਦੇ ਵਿਦਰੋਹ ਦੇ ਵੇਲੇ ਲਾਰਡ ਕੈਨਿੰਗ ਸੀ। ਨੈਕਸਟ ਚੱਲਦੇ ਹਾਂ ਜੀ, ਚਾਰਲਸ ਵੁੱਡ ਡਿਸਪੈਚ ਕਿਹਦੇ ਨਾਲ ਸੰਬੰਧਿਤ ਆ ਜੀ? ਚਾਰਲਸ ਵੁੱਡ ਡਿਸਪੈਚ, ਚਾਰਲਸ ਵੁੱਡ ਦੀ ਜਿਹੜੀ ਇਹ ਚਿੱਠੀ ਹੈ ਜੀ, ਇਹ ਸੰਬੰਧਿਤ ਹੈ ਜੀ ਸਿੱਖਿਆ ਦੇ ਨਾਲ। ਜੋ ਐਜੂਕੇਸ਼ਨਲ ਡਿਵੈਲਪਮੈਂਟ ਇਨ ਬ੍ਰਿਟਿਸ਼ ਇਰਾ, ਜਦੋਂ ਅਸੀਂ ਇਹ ਕਨਸੈਪਟ ਪੜ੍ਹਦੇ ਹਾਂ ਤਾਂ ਵੁੱਡ ਡਿਸਪੈਚ ਆ ਜੋ, ਇਹ ਬਹੁਤ ਇੰਪੋਰਟੈਂਟ ਇੱਕ ਅਸਪੈਕਟ ਆਉਂਦਾ ਸਾਡੇ ਸਾਹਮਣੇ, ਠੀਕ ਹੈ ਜੀ। ਤਾਂ ਇਹ ਸਿੱਖਿਆ ਨਾਲ ਸੰਬੰਧਿਤ ਅਸਪੈਕਟ ਆ। ਜਦੋਂ ਇੰਗਲੈਂਡ ਗਵਰਨਮੈਂਟ ਵਾਕਿਆ ਚਾਹ ਰਹੀ ਸੀ ਕਿ ਇੰਡੀਆ ਦੇ ਵਿੱਚ ਉਹਨਾਂ ਨੂੰ ਸਿੱਖਿਆ ਦੇ ਵੀ ਕੁਛ ਨਾ ਕੁਛ ਕੰਮ ਕਰਨਾ ਹੀ ਪੈਣਾ, ਠੀਕ ਹੈ ਜੀ। ਤਾਂ ਉਹ ਚੀਜ਼ ਆ ਜੀ ਇਹ ਸਿੱਖਿਆ ਨਾਲ ਸੰਬੰਧਿਤ ਆ ਇਹ। ਅੱਗੇ ਜੀ, ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਿਸਨੇ ਕੀਤੀ ਸੀਗੀ ਜੀ? ਤਾਂ ਕਿਸਨੇ ਕੀਤੀ ਸੀ ਵੀ ਪਹਿਲੇ ਸੈਸ਼ਨ ਦੀ ਪ੍ਰਧਾਨਗੀ? ਤਾਂ ਇਹ ਹੈਗੀ ਹੈ ਜੀ ਇਹਦੀ ਸੀ ਆਪਸ਼ਨ, ਡਬਲਿਊ ਸੀ ਬੈਨਰਜੀ, ਵੋਮੇਸ਼ ਚੰਦਰ ਬੈਨਰਜੀ ਨੇ ਭਾਰਤ ਦੇ ਪਹਿਲੇ ਕਾਂਗਰਸੀ ਸੈਸ਼ਨ ਦੀ ਪ੍ਰਧਾਨਗੀ ਕੀਤੀ ਸੀ, ਤੇਜਪਾਲ ਹਾਲ ਬੰਬਈ ਦੇ ਵਿੱਚ। 28 ਦਸੰਬਰ 1885 ਦੇ ਵਿੱਚ ਕਾਂਗਰਸ ਦੀ ਸਥਾਪਨਾ ਹੋਈ ਤੇ ਪਹਿਲਾ ਸੈਸ਼ਨ ਹੋਇਆ। ਇਹ ਸੈਸ਼ਨ ਦੀ ਪ੍ਰਧਾਨਗੀ ਜਿਹੜੀ ਵੋਮੇਸ਼ ਚੰਦਰ ਬੈਨਰਜੀ ਨੇ ਕੀਤੀ ਸੀਗੀ ਜੀ। ਅੱਗੇ ਜੀ, ਬੰਗਾਲ ਦੀ ਪਾਰਟੀਸ਼ਨ ਕਦੋਂ ਹੋਈ ਬਈ? ਅਸਲ ਦੇ ਵਿੱਚ ਜਿਹੜਾ ਇੰਡੀਅਨ ਫਰੀਡਮ ਮੂਵਮੈਂਟ ਦੀ ਸ਼ੁਰੂਆਤ ਹੀ ਬੰਗਾਲ ਦੀ ਕਿਤੇ ਨਾ ਕਿਤੇ ਵੰਡ ਤੋਂ ਹੋਈ ਆ, ਹਨਾ। ਲੋਕਾਂ ਦੇ ਅੰਦਰ ਜਿਹੜੀ ਇੱਕ ਉਹ ਐਨਰਜੀ ਸੀ ਉਹ ਬੰਗਾਲ ਦੀ ਵੰਡ ਤੋਂ ਬਾਅਦ ਹੀ ਸਾਹਮਣੇ ਆਈ, ਜਾਂ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਮਿਲਿਆ। ਤਾਂ ਬੰਗਾਲ ਦੀ ਵੰਡ 1905 ਦੇ ਵਿੱਚ ਹੋਈ ਜੀ। ਲਾਰਡ ਕਰਜਨ ਵਾਇਸ ਰਾਏ ਸੀਗਾ ਉਦੋਂ ਇੰਡੀਆ ਦਾ, ਤਾਂ ਉਹਨਾਂ ਨੇ ਬੰਗਾਲ ਨੂੰ ਵੰਡਤਾ, ਪੱਛਮੀ ਬੰਗਾਲ ਤੇ ਪੂਰਬੀ ਬੰਗਾਲ, ਇੱਕ ਢਾਕਾ ਰਾਜਧਾਨੀ, ਇੱਕ ਦੀ ਕਲਕੱਤਾ ਰਾਜਧਾਨੀ, ਜੋ ਅੱਜ ਬੰਗਲਾਦੇਸ਼ ਆ ਤੇ ਅੱਜ ਇੰਡੀਆ ਦਾ ਬੰਗਾਲ ਆ, ਇਹ ਦੋ ਬੰਗਾਲ ਬੇਸਿਕਲੀ। ਉਸ ਤੋਂ ਬਾਅਦ ਇਸ ਵੰਡ ਨੂੰ ਭੰਗ ਵੀ ਕਰ ਦਿੱਤਾ ਗਿਆ ਸੀ 1911 ਦਾ, ਜਦੋਂ ਦਿੱਲੀ ਦਰਬਾਰ ਹੁੰਦਾ ਤਾਂ ਉਦੋਂ ਇਸ ਬੰਗਾਲ ਦੀ ਵੰਡ ਨੂੰ ਭੰਗ ਵੀ ਕਰ ਦਿੱਤਾ ਗਿਆ ਸੀ, ਪਰ ਲਾਰਡ ਕਰਜਨ ਨੇ 1905 ਦੇ ਵਿੱਚ ਇਹ ਵੰਡ ਕੀਤੀ। ਹੂ ਕੰਪੋਜ਼ਡ ਅਮਾਰ ਸਨੋਰ ਬਾਂਗਲਾ ਇਨ 1905? ਤਾਂ ਬੰਗਾਲ ਵੰਡ ਨਾਲ ਸੰਬੰਧਿਤ ਇਹ ਕੁਐਸਚਨ ਆ ਕਿ ਅਮਾਰ ਸੁਨਾਰ ਬਾਂਗਲਾ ਕਿਹਨੇ ਲਿਖਿਆ ਜੀ ਇਹ? ਤਾਂ ਇਹ ਕੋਈ ਹੋਰ ਹੋ ਹੀ ਨਹੀਂ ਸਕਦਾ, ਦਵਿੰਦਰਨਾਥ ਟੈਗੋਰ। ਰਵਿੰਦਰਨਾਥ ਟੈਗੋਰ ਬਹੁਤ ਜਿਹੜਾ ਹੈਗਾ ਗੀਤਾਂਜਲੀ ਨੂੰ ਜੋ ਦੁਨੀਆ ਪੱਧਰ ਦੇ ਵੱਡੇ ਅਵਾਰਡ ਮਿਲੇ ਨੇ, ਹਨਾ। ਤਾਂ ਰਵਿੰਦਰਨਾਥ ਟੈਗੋਰ
ਨੇ ਹੀ ਅਮਾਰ ਸੁਨਾਰ ਬੰਗਲਾ ਲਿਖਿਆ ਜੀ। ਅੱਗੇ ਚੱਲਦੇ ਹਾਂ ਜੀ ਆਪਾਂ, ਨੈਕਸਟ ਕੁਐਸਚਨ ਆ ਜੀ ਸਾਡਾ। ਸੋਹਣ ਸਿੰਘ ਭਕਨਾ ਕਿਹਦੇ ਨਾਲ ਸੰਬੰਧਿਤ ਆ? ਤਾਂ ਸੌਖਾ ਕੁਐਸਚਨ ਆ ਜੀ, ਤੁਸੀਂ ਜਾਣਦੇ ਹੋ ਹੁੰਦਾ ਲਾਲ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਬੱਬਰ ਅਕਾਲੀ ਤੇ ਗਦਰ ਪਾਰਟੀ। ਸੋਹਣ ਸਿੰਘ ਭਕਨਾ ਗਦਰ ਪਾਰਟੀ ਨਾਲ ਸੰਬੰਧਿਤ ਆ। ਗਦਰ ਪਾਰਟੀ ਦੀ ਸਥਾਪਨਾ 1913 ਚ ਸਨ ਫਰਾਂਸਿਸਕੋ ਅਮੈਰੀਕਾ ਦੇ ਵਿੱਚ ਹੋਈ ਆ, ਹਨਾ। ਵਿਦੇਸ਼ਾਂ ਚ ਰਹਿੰਦੇ ਭਾਰਤੀਆਂ ਨੂੰ ਇਕੱਠਾ ਕਰਕੇ ਭਾਰਤ ਦੇ ਵਿੱਚ ਗਦਰ ਅੰਦੋਲਨ ਸ਼ੁਰੂ ਕਰਨ ਦੀ ਇਹ ਗੱਲ ਕਰਦੇ ਸੀ, ਵਿਦਰੋਹ ਕਰਨ ਦੀ ਗੱਲ ਕਰਦੇ ਸੀ, ਹਨਾ। ਹਥਿਆਰਬੰਦ ਇਹ ਵਿਦਰੋਹ ਸੀ, ਤਾਂ ਗਦਰ ਪਾਰਟੀ ਨਾਲ ਸੰਬੰਧਿਤ ਸੀਗੇ ਸੋਹਣ ਸਿੰਘ ਭਕਨਾ। ਅੱਗੇ ਜੀ, ਵੇਅਰ ਵਾਸ ਦਾ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ ਹੈਲਡ ਇਨ 1916? ਬਹੁਤ ਮਸ਼ਹੂਰ ਸੈਸ਼ਨ ਆ ਜੀ ਇਹ। ਕਿੱਥੇ ਸੀ ਜੀ ਇਹ ਸੈਸ਼ਨ? 1916 ਦੇ ਵਿੱਚ ਲਖਨਊ ਦੇ ਵਿੱਚ ਸੀ। ਇਹਨੂੰ ਲਖਨਊ ਪੈਕਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਲਖਨਊ ਸਮਝੌਤਾ। ਇਹ ਸਮਝੌਤਾ ਕਿਹਨਾਂ ਕਿਹਨਾਂ ਵਿਚਕਾਰ ਸੀ? ਇਹ ਸਮਝੌਤਾ ਕਾਂਗਰਸ ਤੇ ਮੁਸਲਿਮ ਲੀਗ ਦੇ ਵਿਚਕਾਰ ਸੀਗਾ ਜੀ। ਇਹ ਸਮਝੌਤਾ ਨਰਮ ਦਲ ਤੇ ਗਰਮ ਦਲ ਦੇ ਵਿਚਕਾਰ ਸੀਗਾ। ਤਾਂ ਐਨੀ ਬੈਸਟ ਨੇ ਇਹਦੇ ਚ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ ਸੀ। ਤਾਂ 1916 ਦੇ ਵਿੱਚ ਇਹ ਸੈਸ਼ਨ ਹੋਇਆ, ਲਖਨਊ ਦੇ ਵਿੱਚ ਇਹ ਸੈਸ਼ਨ ਹੋਇਆ ਸੀਗਾ। ਅੱਗੇ ਚੱਲਦੇ ਹਾਂ ਜੀ, ਨੈਕਸਟ ਹੈ ਜੀ, ਹੂ ਵਾਜ ਨੋਟ ਪਾਰਟ ਆਫ ਖਿਲਾਫਤ ਕਮੇਟੀ? ਖਿਲਾਫਤ ਕਮੇਟੀ ਦਾ ਇਹਨਾਂ ਚਾਰਾਂ ਦੇ ਵਿੱਚੋਂ ਕੌਣ ਹਿੱਸਾ ਨਹੀਂ ਸੀ? ਤਾਂ ਜਿਨ੍ਹਾਂ ਹਸਰਤ ਮੋਹਾਨੀ ਹਿੱਸਾ ਸੀ, ਹਾਕਮ ਅਜਮਲ ਖਾਨ ਸੀ, ਮੌਲਾਨਾ ਅਬੁਲ ਕਲਾਮ ਆਜ਼ਾਦ ਵੀ ਸੀ। ਤਾਂ ਜਿਨ੍ਹਾਂ ਖਿਲਾਫਤ ਕਮੇਟੀ ਦਾ ਹਿੱਸਾ ਨਹੀਂ ਸੀ ਜੀ। ਪੂਰਨ ਸਵਰਾਜ ਰੈਜੋਲਿਊਸ਼ਨ ਪਾਸਡ ਇਨ ਦਾ ਸਿਟੀ ਆਫ, ਪੂਰਨ ਸਵਰਾਜ ਆ ਜੋ ਇਹ ਕਿੱਥੇ ਪਾਸ ਹੋਇਆ? ਤਾਂ ਇਹ ਬਹੁਤ ਇੰਪੋਰਟੈਂਟ ਆ ਜੀ, ਇਹ ਲਾਹੌਰ ਦੇ ਵਿੱਚ ਪਾਸ ਹੋਇਆ ਜੀ। ਜਵਾਹਰ ਲਾਲ ਨਹਿਰੂ ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸੀਗੇ, ਲਾਹੌਰ ਦੇ ਵਿੱਚ ਇਹ ਸੈਸ਼ਨ ਪਾਸ ਹੋਇਆ। 31 ਦਸੰਬਰ 1929 ਨੂੰ ਇਹ ਸੈਸ਼ਨ ਹੋਇਆ ਸੀ ਲਾਹੌਰ ਦੇ ਵਿੱਚ। ਤਾਂ ਬਹੁਤ ਇੰਪੋਰਟੈਂਟ ਸੈਸ਼ਨ ਆ ਜਿਸ ਦੇ ਵਿੱਚ ਭਾਰਤ ਨੂੰ ਪੂਰਨ ਆਜ਼ਾਦੀ ਦੀ ਮੰਗ ਕੀਤੀ ਗਈ ਸੀਗੀ। ਜਵਾਹਰ ਲਾਲ ਨਹਿਰੂ ਇਸ ਸੈਸ਼ਨ ਦਾ ਪ੍ਰਧਾਨ ਸੀ। ਚਲੋ ਜੀ, ਅੱਗੇ ਆ ਜੀ, ਭਾਰਤ ਛੱਡੋ ਅੰਦੋਲਨ ਲਈ ਜਿਹੜਾ ਮਤਾ ਉਹ ਕਦੋਂ ਪਾਸ ਹੋਇਆ ਸੀਗਾ? ਤਾਂ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ, ਬੜੇ ਵਾਰੀ ਆਇਆ ਕੁਐਸਚਨ। 8 ਅਗਸਤ 1942 ਨੂੰ ਭਾਰਤ ਛੱਡੋ ਰੈਜੋਲਿਊਸ਼ਨ ਪਾਸ ਹੋਇਆ ਸੀਗਾ ਤੇ ਕਰੋ ਜਾਂ ਮਰੋ ਦਾ ਨਾਰਾ ਦਿੱਤਾ ਗਿਆ, ਹਨਾ। ਗਾਂਧੀ ਜੀ ਦੁਆਰਾ ਅੰਤਿਮ ਲੜਾਈ ਘੋਸ਼ਿਤ ਕੀਤਾ ਗਿਆ। ਤਾਂ ਇੰਪੋਰਟੈਂਟ ਅੰਦੋਲਨ ਆ ਜੀ, 8 ਅਗਸਤ 1942 ਨੂੰ ਇਹ ਅੰਦੋਲਨ ਦੀ ਸ਼ੁਰੂਆਤ ਹੋਈ ਸੀ, ਇਹਨੂੰ ਪਾਸ ਕੀਤਾ ਗਿਆ ਸੀ। ਹੂ ਵਾਜ ਨੋਟ ਏ ਪਾਰਟ ਆਫ ਇੰਡੀਅਨ ਨੈਸ਼ਨਲ ਆਰਮੀ? ਠੀਕ ਹੈ ਜੀ, ਇਹਨਾਂ ਦੇ ਵਿੱਚੋਂ ਜਿਹੜੇ ਨਾਮ ਦਿੱਤੇ ਹੋਏ ਨੇ ਭਾਰਤੀ ਰਾਸ਼ਟਰੀ ਨੈਸ਼ਨਲ ਆਰਮੀ, ਜੋ ਜਵਾਹਰ ਲਾਲ ਨਹਿਰੂ ਸੁਭਾਸ਼ ਚੰਦਰ ਬੋਸ ਦੀ ਆਰਮੀ ਸੀ, ਇਹਨਾਂ ਦੇ ਵਿੱਚੋਂ ਕੌਣ ਉਹਦਾ ਪਾਰਟ ਨਹੀਂ ਹੈ? ਤਾਂ ਤੁਸੀਂ ਜਾਣਦੇ ਹੋ ਕਿ ਮੌਲਾਨਾ ਅਬੁਲ ਕਲਾਮ ਆਜ਼ਾਦ ਇਹ ਪਾਰਟ ਨਹੀਂ ਹੈ, ਕਾਂਗਰਸ ਦੇ ਨੇਤਾ ਸੀਗੇ ਮੌਲਾਨਾ ਅਬੁਲ ਕਲਾਮ ਆਜ਼ਾਦ। ਜਦੋਂ ਇਹ ਪਾਰਟੀ ਵਰਕਿੰਗ ਸੀ ਤਾਂ ਉਦੋਂ ਤਾਂ ਇਹ ਜਦੋਂ ਇਹ ਆਰਮੀ ਨੈਸ਼ਨਲ ਆਰਮੀ ਕੰਮ ਕਰ ਰਹੀ ਸੀ ਤਾਂ ਉਦੋਂ ਮੌਲਾਨਾ ਅਬੁਲ ਕਲਾਮ ਆਜ਼ਾਦ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਸੀਗੇ, ਹਨਾ। ਤਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਨਹੀਂ, ਜੇ ਐਸ ਢਿੱਲੋਂ, ਸ਼ਾਹ ਨਵਾਜ਼ ਖਾਨ, ਪ੍ਰੇਮ ਸਹਿਗਲ ਇਹ ਸਾਰੇ ਨੈਸ਼ਨਲ ਆਰਮੀ ਨਾਲ ਜੁੜੇ ਹੋਏ ਲੋਕ ਸੀਗੇ ਜੀ। ਭਾਰਤ ਦੇ ਵਾਇਸਰਾਏ ਦੇ ਤੌਰ ਤੇ ਲਾਰਡ ਲਿਨਲਿਥਗੋ ਦਾ ਉੱਤਰਾਧਿਕਾਰੀ ਕੌਣ ਸੀਗਾ ਜੀ? ਠੀਕ ਹੈ ਜੀ, ਤਾਂ ਲਾਰਡ ਲਿਨਲਿਥਗੋ 36 ਤੋਂ ਲੈ ਕੇ 44 ਤੱਕ ਲਾਰਡ ਵੇਬਲ ਉਸ ਤੋਂ ਬਾਅਦ ਆਉਂਦੇ ਨੇ, ਤੇ ਲਾਰਡ ਵੇਬਲ ਤੋਂ ਬਾਅਦ ਕੌਣ ਆਉਂਦਾ? ਮਾਊਂਟ ਬੈਟਨ ਆਉਂਦਾ। ਠੀਕ ਹੈ ਜੀ, ਤਾਂ ਇਹ ਆਪਸ਼ਨ ਸਹੀ ਆਪਸ਼ਨ ਹੈ ਜੀ ਇਸ ਕੁਐਸਚਨ ਦੀ। ਇਸ ਤੋਂ ਅੱਗੇ ਚੱਲਦੇ ਹਾਂ ਜੀ ਆਪਾਂ, ਹੂ ਵਾਜ ਆਥੋਰਾਈਜ਼ਡ ਟੂ ਡਰਾ ਦਾ ਬਾਉਂਡਰੀ ਲਾਈਨ ਇਨ 1947? ਬਾਉਂਡਰੀ ਲਾਈਨ ਕਿਸਨੇ ਡਰਾ ਕੀਤੀ ਸੀ, ਮਤਲਬ ਕਿ ਦੋਨਾਂ ਦੇਸ਼ਾਂ ਦੀ ਵੰਡ ਕਿਸਨੇ ਕੀਤੀ ਸੀ? ਜਦੋਂ ਮਾਊਂਟ ਬੈਟਲ ਪਲਾਨ ਅਧੀਨ ਦੇਸ਼ ਨੂੰ ਵੰਡਣ ਦਾ ਪਲਾਨ ਪਾਸ ਕਰ ਦਿੱਤਾ ਗਿਆ ਸੀ ਤਾਂ ਵੰਡ ਜੋ ਜੋਗ੍ਰਾਫਿਕਲੀ ਵੰਡ ਆ ਉਹ ਕਿਹਨੇ ਕੀਤੀ? ਤਾਂ ਇਹ ਤੁਸੀਂ ਜਾਣਦੇ ਹੋ ਰੈੱਡ ਕਲਿਫ ਨੇ ਕੀਤੀ ਸੀ ਜੀ। ਸੀ ਆਪਸ਼ਨ ਸਹੀ ਆਪਸ਼ਨ ਆ ਜੀ, ਰੈੱਡ ਕਲਿਫ ਨੇ ਕੀਤੀ ਸੀ। ਅੱਗੇ ਗੱਲ ਕਰਦੇ ਹਾਂ ਜੀ,
Who was the first governor of independent India? आजाद भारत का पहला गवर्नर कौन सीगा? ठीक है जी, तो इत्थे दो चीजां ने जी, देखो लॉर्ड माउंटबैटन सी आजाद भारत का पहला गवर्नर। जे पहले भारती की गल आवे कि पहला भारती कौन सी, फिर राजा गोपाल आचार्य सी। इत्थे दो चीजां दा तुसीं ध्यान च रखना, इस क्वेश्चन का जिहड़ा सही ऑप्शन आ वह लॉर्ड माउंटबैटन ही है। नैक्सट चलते हैं जी, लिनाडो दा विंची इज एसोसीएटड विद। लिनाडो दा विंची तुसीं जानदे हो कि वह एक बहुत वड्डा नाम आ रेनेसंस नाल जुड़िया होया, जो कि पुरन जागरण होया गा यूरोप दे विच रेनेसंस। लिनाडो दा विंची ने ही एक मोनालिसा नाम की पेंटिंग बनाई है जिहड़ी बहुत मशहूर पेंटिंग आ, ते रेनेसंस पुनर जागृति दे नाल जुड़िया होया एक कंसैप्ट आ। ठीक है जी, अगे चलदे हां जी, मार्टिन लूथर। मार्टिन लूथर ने रिवोल्ट किहदे विरुद्ध कीता सीगा? मार्टिन लूथर जर्मन का एक प्रोफेसर सी जिसने रिवोल्ट कीता सी पोप दे विरुद्ध, क्योंकि पोप चर्च ते आपदा अधिकार जमा के चर्च दे जो पावर्स ने उन्हां दी गलत वरतों कर रहा सी, खीमा पत्र हो गए वगैरह वगैरह, जिहड़ा जिहड़े वर्ल्ड हिस्टरी नाल जुड़े हुए स्टूडेंट्स ने उस चीज़ नूं समझणगे। तां पोप दी विरोधता कीती सी जी मार्टिन लूथर ने। अगे चल गए जी, पुनर्गठन की गुत्थी की है बई, है ना, वट वॉज द क्रश ऑफ रीफॉर्मेशन। रीफॉर्मेशन नू लैके जिहड़ा उहदा बेस की है रीफॉर्मेशन का, बेसिकली तां इत्थे उहदी गल कीती गई है। रीफॉर्मेशन का जिहड़ा बेस आ उह फेथ आ जी, विश्वास, क्योंकि रीफॉर्मेशन बेसिकली धर्म नाल जुड़िया होया, विश्वास नाल जुड़िया होया। ठीक है जी, तां इह ऑप्शन इहदी सही ऑप्शन आ गई। फिर आरके ड्यूक फ्रांसिस फर्दीनंद की हत्या इस शहर में की गई। तुसीं जानदे हो कि एक हत्या तो ही फस्ट वर्ल्ड वार की शुरुआत जिहड़ी आ हो गई सीगी, तां इह सरजेवो, सरजेवो नाम का एक शहर सी जिथे इस राजकुमार ते उहदी मंगेतर की हत्या कर दिती गई सी 28 जून 1914 नूं। सर्बिया दे नौजवानों ने कतल करता सीगा जिहदे करके फस्ट वर्ल्ड वार शुरू हो गई सीगी। ठीक है जी, नैक्सट क्वेश्चन जी, हु वॉज द प्रेजीडेंट ऑफ USA ड्यूरिंग द वर्ल्ड वॉर वन। वर्ल्ड वॉर वन के दरम्यान USA का प्रेजीडेंट कौन सी? तो वुड्रो विल्सन सी जी। रूजवेल्ट सैकेंड सीगा, वुड्रो विल्सन फस्ट वर्ल्ड वार दे विच जिहड़ा प्रेजीडेंट सी USA का। ट्रीटी ऑफ वरसाए, वरसाए की संधि कित्थे हुई है बई? वरसाए की संधि हुई है जी फ्रांस च, बेसिकली पैरिस दे विच हुई है, फ्रांस की राजधानी है जिहड़ी। तो फ्रांस दे विच वर्ल्ड वार वन तो बाद जिहड़ी संधि हुई सी जी वह वरसाए की संधि सी, जिस दे विच मित्र देश ते केंद्र धुरी शक्तियां दे दरम्यान यह संधि हुई सी जी। ठीक है जी, अगे चलते हैं जी, विलियम केसर नाल जुड़िया होया देश केड़ा जी? तो विलियम केसर तुसीं जानते हो कि राजसी घराने नाल संबंधित सी, तां जर्मन। विलियम केसर नाल जुड़िया होया देश जर्मन आ जी। ठीक है जी, जां दूसरे शब्दों कह लियो कि विलियम केसर जर्मन नाल जुड़िया होया गा। ठीक है जी, इस तो नैक्सट क्वेश्चन हैगा जी कि वर्ल्ड वार वन कदों सैकेंड कदों शुरू होया? वर्ल्ड वार सैकेंड शुरू होया जी 1939। दोनों वर्ल्ड वार दे विच जे मुख धुरा शक्तियां देख के आपां जर्मन ते दूसरी साइड ते तुसी इंग्लैंड कह सकते हो, फ्रांस कह सकते हो, अमेरिका कह सकते हो। ठीक है जी, 1939 दे विच जदों जर्मन ने पोलैंड ते हमला किया ते इस युद्ध की शुरुआत हो गई। हीरोशिमा उपर बंब किस देश ने सुटिया? तो यह तुसी सारे ही जानते हो कि हीरोशिमा दे बंब अमेरिका ने सुटिया सी। हीरोशिमा है कित्थे? जापान च। नागासाकी कित्थे आ? वह भी जापान च। तो अमेरिका ने हीरोशिमा ते नागासाकी ते दो परमाणु बंब सुटे, है ना, तो अमेरिका की सही ऑप्शन है जी। माइक कैम्फेन, ये एक मेरा संघर्ष नाम की किताब आ जिहड़ी के जर्मन का जो गवर्नर सी जां हैड सी अडोल्फ हिटलर उन्हें लिखी सी। तां ये किताब हिटलर नाल संबंधित आ, हिटलर की स्वै जीवनी है जी। ठीक है जी, अगे गल करिए जी, पैटोपिटामिया। पैटोपटामिया ग्रीक एक टर्म आ, एक नाम आ, पैटोपटामिया का की मतलब आ? ठीक है जी, जां पैटोपटामिया किस नाल संबंधित आ?
ਤਾਂ ਪੈਟੋਪੋਟਾਮੀਆ ਦਾ ਮਤਲਬ ਆ ਜੀ ਪੰਜਾਬ। ਪੈਟੋਪੋਟਾਮੀਆ ਦਾ ਮਤਲਬ ਆ ਦਰਿਆਵਾਂ ਦੀ ਧਰਤੀ, ਪੰਜ ਦਰਿਆਵਾਂ ਦੀ ਧਰਤੀ। ਪੈਟੋ ਤੇ ਪੋਟਾਮੀਆ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ। ਗ੍ਰੀਕਸ ਨੇ ਜਦੋਂ ਗ੍ਰੀਕਸ ਸਿਕੰਦਰ ਦੇ ਹਮਲੇ ਦੇ ਨਾਲ ਤੇ ਉਸ ਤੋਂ ਬਾਅਦ ਇੱਥੇ ਆਏ, ਉਹਨਾਂ ਨੇ ਇਸ ਧਰਤੀ ਨੂੰ ਪੈਟੋਪੋਟਾਮੀਆ ਆਖਿਆ, ਪੰਜ ਦਰਿਆਵਾਂ ਦੀ ਧਰਤੀ। ਤਾਂ ਪੈਟੋਪੋਟਾਮੀਆ ਦਾ ਮਤਲਬ ਪੰਜਾਬ। ਠੀਕ ਹੈ ਜੀ, ਚਲੋ ਜੀ ਨੈਕਸਟ ਕੁਐਸਚਨ ਆ ਜੀ। ਪੰਜਾਬ ਹਿਸਟਰੀ ਨਾਲ ਸੰਬੰਧਿਤ ਇਹ ਕੁਐਸਚਨ ਨੇ ਕਿ ਅੰਮ੍ਰਿਤਸਰ ਸ਼ਹਿਰ ਕਿਹੜੇ ਦੁਆਬ 'ਚ ਆ ਜੀ, ਹਨਾ। ਤਾਂ ਅੰਮ੍ਰਿਤਸਰ ਤੁਸੀਂ ਜਾਣਦੇ ਹੋ ਕਿ ਇਹ ਬਾਰੀ 'ਚ ਆ, ਬਿਆਸ ਤੇ ਰਾਵੀ, ਲਾਹੌਰ ਰਾਵੀ ਦੇ ਕੰਢੇ ਆ ਜੀ, ਹਨਾ। ਅੰਮ੍ਰਿਤਸਰ ਵਾਲੀ ਸਾਈਡ ਤੇ ਬਿਆਸ ਆਉਂਦਾ ਤੇ ਉਹਨਾਂ ਦੇ ਵਿਚਕਾਰਲਾ ਜਿਹੜਾ ਇਲਾਕਾ ਉਹਨੂੰ ਬਾਰੀ ਕਿਹਾ ਜਾਂਦਾ। ਤਾਂ ਅੰਮ੍ਰਿਤਸਰ ਸ਼ਹਿਰ ਆ ਜਿਹੜਾ ਉਹ ਬਾਰੀ ਦਰਿਆ, ਮਤਲਬ ਕਿ ਬਿਆਸ ਤੇ ਰਾਵੀ ਦੁਆਬ ਦੇ ਵਿਚਕਾਰ ਆ ਜੀ। ਠੀਕ ਹੈ ਜੀ, ਅੱਗੇ ਜੀ ਬਿਆਸ ਦਰਿਆ ਜਿਹੜਾ ਇਹ ਮਰਜ ਹੋ ਜਾਂਦਾ, ਕਾਹਦੇ 'ਚ ਮਰਜ ਹੁੰਦਾ ਵੀ ਬਿਆਸ ਦਰਿਆ ਇਹ ਸਤਲੁਜ ਦੇ ਵਿੱਚ ਮਰਜ ਹੋ ਜਾਂਦਾ ਜੀ, ਬਿਆਸ ਦਰਿਆ ਆ ਕੇ। ਤਾਂ ਬਿਆਸ ਦਰਿਆ ਜਿਹੜਾ ਵਿਲੀਨ ਹੁੰਦਾ ਜਾਂ ਮਰਜ ਹੁੰਦਾ, ਇਹ ਸਤਲੁਜ ਦੇ ਵਿੱਚ ਬਿਆਸ ਮਰਜ ਹੁੰਦਾ ਗਾ। ਪੰਜਾਬ ਹਿਸਟਰੀ ਨੂੰ ਲੈ ਕੇ ਕੁਐਸਚਨਸ ਨੇ, ਜਮਣਾ ਦਿੱਲੀ ਵਾਲੀ ਸਾਈਡ ਆ ਗਈ, ਝਨਾਬ ਪਾਕਿਸਤਾਨ ਤੋਂ ਬਹੁਤ ਦੂਰ ਵਾਲੀ ਸਾਈਡ ਨਿਕਲ ਗਿਆ, ਤੇ ਬਿਆਸ ਜਿਹੜਾ ਮਰਜ ਹੁੰਦਾ ਉਹ ਜਿਹੜਾ ਸਤਲੁਜ ਦੇ ਵਿੱਚ ਹੁੰਦਾ। ਗੁਰੂ ਅੰਗਦ ਦੇਵ ਜੀ ਦੇ ਉੱਤਰਾਧਿਕਾਰੀ ਕੌਣ ਸੀ? ਤਾਂ ਗੁਰੂ ਅੰਗਦ ਦੇਵ ਜੀ ਦੂਸਰੇ ਗੁਰੂ ਸਾਹਿਬ ਸੀ, ਤਾਂ ਤੀਸਰੇ ਗੁਰੂ ਸਾਹਿਬ ਕਿਹੜੇ ਸੀ? ਗੁਰੂ ਅਮਰਦਾਸ ਜੀ ਸੀ। ਤਾਂ ਸੌਖਾ ਕੁਐਸਚਨ ਆ, ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਉੱਤਰਾਧਿਕਾਰੀ ਸੀਗੇ। ਠੀਕ ਹੈ ਜੀ, ਨੈਕਸਟ ਕੁਐਸਚਨ ਹੈਗਾ ਜੀ ਇਹਦਾ, ਹਾਂਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੈੱਡ ਗ੍ਰੰਥੀ ਦਾ ਨਾਮ ਜਿਹੜਾ ਹੈਗਾ ਦੱਸਣਾ ਆਪਾਂ, ਤਾਂ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸੀਗੇ, ਜਿਹੜੇ ਦਰਬਾਰ ਸਾਹਿਬ ਦੇ ਫਸਟ ਹੈੱਡ ਗ੍ਰੰਥੀ ਹੋਏ ਨੇ, ਹਨਾ। ਗੁਰੂ ਰਾਮਦਾਸ ਜੀ ਨੇ, ਗੁਰੂ ਅਮਰਦਾਸ ਜੀ ਨੇ ਜਿਹੜਾ ਹੈਗਾ ਬਾਣੀ ਨੂੰ ਰਚਿਆ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਨੇ ਉਹਨੂੰ ਇਕੱਠਾ ਕੀਤਾ ਤੇ ਆਪਦੇ ਸ਼ਬਦਾਂ ਦੀ ਰਚਨਾ ਕਰਕੇ ਅੰਮ੍ਰਿਤਸਰ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਤੇ ਦਰਬਾਰ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ। ਉਸ ਤੋਂ ਬਾਅਦ ਉੱਥੇ ਜਿਹੜੇ ਪਹਿਲੇ ਹੈੱਡ ਗ੍ਰੰਥੀ ਬਣਾਏ ਗਏ ਉਹ ਜੋ ਬਾਬਾ ਬੁੱਢਾ ਜੀ ਨੂੰ ਉਹ ਮਾਣ ਜਿਹੜਾ ਹੈਗਾ ਪ੍ਰਾਪਤ ਹੋਇਆ। 16 ਅਗਸਤ 1604 ਨੂੰ ਪਹਿਲਾਂ ਪ੍ਰਕਾਸ਼ ਕੀਤਾ ਗਿਆ ਸੀ, 16 ਅਗਸਤ 1604 ਨੂੰ। ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ, ਤਾਂ ਤੁਸੀਂ ਜਾਣਦੇ ਹੋ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ 1675 ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ 1675 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ। ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜ਼ੁਲਮ ਦੇ ਨਾਲ ਲੜਨ ਲਈ ਇੱਕ ਵੱਡੇ ਬੰਦੇ ਦੀ ਲੋੜ ਆ, ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ। ਅਨੰਦਪੁਰ ਸਾਹਿਬ ਤੋਂ ਚੱਲੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਇਹਨਾਂ ਦਾ ਸਿਰ ਕਲਮ ਕਰ ਦਿੱਤਾ ਗਿਆ 1675 ਦੇ ਵਿੱਚ। ਠੀਕ ਹੈ ਜੀ, ਫਿਰ ਇਸ ਤੋਂ ਬਾਅਦ ਵਿਚ ਸਿਟੀ ਇਜ਼ ਕਾਲਡ ਗੁਰੂ ਕੀ ਕਾਸ਼ੀ, ਕਿਹੜਾ ਸ਼ਹਿਰ ਆ ਜਿਹੜਾ ਗੁਰੂ ਕੀ ਕਾਸ਼ੀ ਕਹਾਉਂਦਾ? ਬਠਿੰਡਾ, ਮੁਕਤਸਰ, ਦਮਦਮਾ ਸਾਹਿਬ ਤੇ ਤਲਵੰਡੀ ਭਾਈ। ਤਾਂ ਇਹਦੇ ਚੋਂ ਹੈ ਜੀ ਦਮਦਮਾ ਸਾਹਿਬ, ਜਿਹਨੂੰ ਤਲਵੰਡੀ ਸਾਬੋ ਕਹਿੰਦੇ ਹਾਂ ਅਸੀਂ, ਤਲਵੰਡੀ ਭਾਈ ਨਹੀਂ, ਤਲਵੰਡੀ ਭਾਈ ਹੋਰ ਸ਼ਹਿਰ ਆ। ਜਦੋਂ ਅਸੀਂ ਅੰਮ੍ਰਿਤਸਰ ਜਾਂਦੇ ਹਾਂ ਤਾਂ ਤਲਵੰਡੀ ਭਾਈ ਉਧਰਲੀ ਸਾਈਡ ਆਉਂਦਾ, ਤਾਂ ਦਮਦਮਾ ਸਾਹਿਬ। ਜਦੋਂ ਮੁਕਤਸਰ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਮ ਲੈਣ ਲਈ ਤਲਵੰਡੀ ਸਾਬੋ ਪਹੁੰਚਦੇ ਨੇ ਤਾਂ ਉਹਦਾ ਨਾਮ ਦਮਦਮਾ ਸਾਹਿਬ ਰੱਖਿਆ ਜਾਂਦਾ। ਫਿਰ 9 ਮਹੀਨੇ ਤੱਕ ਉੱਥੇ ਵੱਖ ਵੱਖ ਰਚਨਾਵਾਂ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ, ਤਾਂ ਕਰਕੇ ਗੁਰੂ ਕੀ ਕਾਸ਼ੀ ਦਾ ਜਿਹੜਾ ਨਾਮ ਆ ਉਹ ਤਲਵੰਡੀ ਸਾਹਿਬ ਜਾਂ ਦਮਦਮਾ ਸਾਹਿਬ ਨੂੰ ਦਿੱਤਾ ਗਿਆ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਗੁਰੂ ਗੋਬਿੰਦ ਸਿੰਘ ਜੀ ਦੀ ਡੈਥ ਕਦੋਂ ਹੋਈ? ਤਾਂ ਇਹ 7 ਅਕਤੂਬਰ 1708 ਨੂੰ ਨਦੇੜ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੇ ਉਹ ਜੋਤੀ ਜੋਤ ਸਮਾਉਂਦੇ ਨੇ ਉਹਨਾਂ ਦੀ ਡੈਥ ਹੁੰਦੀ ਹੈ ਜੀ। ਠੀਕ ਹੈ ਜੀ, ਅੱਗੇ ਚੱਲੀਏ ਜੀ। ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੁੰਦਾ? ਠੀਕ ਹੈ ਜੀ, ਰਜੌਰੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਗਾ, ਬਾਬਾ ਬੰਦਾ ਸਿੰਘ ਬਹਾਦਰ ਦਾ 1670 ਦੇ ਵਿੱਚ, ਕਸ਼ਮੀਰ ਦੇ ਰਜੌਰੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ 1670 ਦੇ ਵਿੱਚ, ਬੰਦਾ ਸਿੰਘ ਬਹਾਦਰ ਦਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਹਾਂਜੀ, ਬੰਦਾ ਸਿੰਘ ਬਹਾਦਰ ਨੇ ਆਪਦੀ ਰਾਜਧਾਨੀ ਕਿਸ ਨੂੰ ਬਣਾਇਆ? ਤੁਸੀਂ ਜਾਣਦੇ ਹੋ ਕਿ ਬੰਦਾ ਸਿੰਘ ਬਹਾਦਰ ਨੂੰ ਕੁਝ ਸਿੱਖ ਤੇ ਤੀਰ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਦੇੜ ਤੋਂ ਪੰਜਾਬ ਵੱਲ ਨੂੰ ਭੇਜਿਆ ਰਾਜਨੀਤਿਕ ਆਗੂ ਦੇ ਰੂਪ 'ਚ। ਠੀਕ ਹੈ ਜੀ, ਤੇ ਬੰਦਾ ਸਿੰਘ ਬਹਾਦਰ ਨੇ ਇੱਥੇ ਆ ਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ, ਬਹੁਤ ਸਾਰੀਆਂ ਜੰਗਾਂ ਜਿੱਤੀਆਂ, ਉਦੋਂ ਬਾਅਦ ਸਿੱਖ ਰਾਜ ਅਸਟੈਬਲਿਸ਼ ਕੀਤਾ। ਤੇ ਉਹਦੀ ਰਾਜਧਾਨੀ ਕਿਹਨੂੰ ਬਣਾਇਆ? ਵੀ ਮੁਖਲਿਸਪੁਰ, ਮੁਖਲਿਸਗੜ੍ਹ, ਜਿਸਦਾ ਨਾਮ ਕੀ ਦਿੱਤਾ ਗਿਆ? ਲੋਹਗੜ੍ਹ।
ਤਾਂ ਰਾਜਧਾਨੀ ਕਿਹੜੀ ਸੀ ਵੀ ਮੁਖਲਿਸਗੜ ਜਾਂ ਲੋਹਗੜ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜ ਦੀ ਰਾਜਧਾਨੀ ਸੀਗੀ ਜੀ। ਠੀਕ ਹੈ ਜੀ, ਅੱਗੇ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਹਥਿਆਰ ਕਦੋਂ ਸੁੱਟੇ? ਠੀਕ ਹੈ ਜੀ, ਤਾਂ ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਗੋਬਿੰਦਗੜ੍ਹ ਵਿਖੇ ਹਥਿਆਰ ਜਦੋਂ ਉਹਨਾਂ ਨੂੰ ਗੜੀ ਦੇ ਵਿੱਚ ਘੇਰ ਲਿਆ ਜਾਂਦਾ ਤੇ ਉਹਨਾਂ ਦੇ ਸਾਥੀ ਸੀਗੇ ਜਿਹੜੇ ਉਹ ਉਹਨਾਂ ਨੂੰ ਛੱਡ ਕੇ ਵੀ ਚਲੇ ਜਾਂਦੇ ਨੇ ਕੁਛ, ਤੇ ਉੱਥੇ ਸਿੱਖਾਂ ਦੇ ਸਮੇਤ ਇਹਨਾਂ ਸਾਥੀਆਂ ਦੇ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕਰ ਲਿਆ ਜਾਂਦਾ, ਫਿਰ ਲਾਹੌਰ ਲਿਜਾਇਆ ਜਾਂਦਾ, ਲਾਹੌਰ ਤੋਂ ਦਿੱਲੀ ਲਿਆ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ। ਤਾਂ ਦਸੰਬਰ 1715 'ਚ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਹਥਿਆਰ ਸੁੱਟੇ। 19 ਜੂਨ ਨੂੰ ਤੁਹਾਨੂੰ ਪਤਾ ਹੀ ਆ ਕਿ 1716 19 ਜੂਨ ਨੂੰ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਫਿਰ ਜੀ ਤਰਨਾ ਦਲ ਕਿਹਦੇ ਨਾਲ ਸੰਬੰਧਿਤ ਸੀ? ਸਿੱਖਿਜ਼ਮ ਨੂੰ ਦੋ ਜਿਹੜੀ ਫੌਜ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਸੀ, ਤਰਨਾ ਦਲ ਤੇ ਬੁੱਢਾ ਦਲ, ਹਨਾ। ਤਰਨਾ ਦਲ ਦਾ ਇੱਥੇ ਸਾਡੇ ਕੋਲ ਕੁਐਸਚਨ ਆਇਆ ਹੋਇਆ ਤਾਂ ਇਹ ਯੁਵਾ ਸੈਨਿਕਾਂ ਨਾਲ ਸੰਬੰਧਿਤ ਆਈ, ਨੌਜਵਾਨ ਸੈਨਿਕਾਂ ਨਾਲ। ਬੁੱਢਾ ਦਲ ਇੱਕ ਅਲੱਗ ਜਿਹੜਾ ਹੈਗਾ ਪਾਰਟ ਬਣਾਇਆ ਗਿਆ ਸੀ ਸਿੱਖ ਸੈਨਾ ਦਾ। ਤਰਨਾ ਦਲ ਬੁੱਢਾ ਦਲ ਵਿੱਚ ਬਜ਼ੁਰਗ ਆਦਮੀ ਤੇ ਔਰਤਾਂ ਬੱਚੇ ਸ਼ਾਮਿਲ ਸੀ, ਤਰਨਾ ਦਲ ਦੇ ਵਿੱਚ ਸਿਰਫ ਨੌਜਵਾਨ ਸੈਨਿਕ ਜਿਹੜੇ ਸ਼ਾਮਿਲ ਸੀ। ਨੈਕਸਟ ਕੁਐਸਚਨ ਹੈਗਾ ਜੀ, ਵਿਚ ਮਿਸਲ ਵਾਸ ਨੋਟ ਦ ਪਾਰਟ ਆਫ ਦਲ ਖਾਲਸਾ? ਦਲ ਖਾਲਸਾ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ, 12 ਮਿਸਲਾਂ ਬਣਾਈਆਂ, ਪਰ ਇੱਕ ਮਿਸਲ ਇਸ ਦਲ ਖਾਲਸਾ ਦਾ ਹਿੱਸਾ ਨਹੀਂ ਸੀ, ਉਹ ਸੀ ਜੀ ਫੂਲਕੀਆ ਮਿਸਲ। ਫੂਲਕੀਆ ਮਿਸਲ ਦੇ ਅੱਗੇ 3 ਪਾਰਟ ਹੋਏ ਨੇ, ਪਟਿਆਲਾ ਘਰਾਣਾ, ਕਪੂਰਥਲਾ ਘਰਾਣਾ ਤੇ ਜੀਂਦ ਘਰਾਣਾ। ਕੈਪਟਨ ਅਮਰਿੰਦਰ ਸਿੰਘ ਪਟਿਆਲੇ ਘਰਾਣੇ ਚੋਂ ਹੀ ਨੇ, ਤਾਂ ਫੂਲਕੀਆ ਮਿਸਲ ਦੇ 3 ਪਾਠ ਹੋਏ ਨੇ। ਬਾਬਾ ਫੂਲ ਜਿਹਨਾਂ ਨੂੰ ਗੁਰੂ ਸਾਹਿਬਾਨ ਤੋਂ ਆਸ਼ੀਰਵਾਦ ਪ੍ਰਾਪਤ ਸੀਗਾ, ਉਹਨਾਂ ਨੇ ਇਸ ਮਿਸਲ ਦਾ ਦੀ ਜਿਹੜੀ ਸ਼ੁਰੂਆਤ ਕੀਤੀ ਸੀ। ਇਹ ਮਿਸਲ ਸਿੱਖ ਮਿਸਲਾਂ ਦਾ ਹਿੱਸਾ ਨਹੀਂ ਸੀ। ਬਹੁਤ ਇੰਪੋਰਟੈਂਟ ਕੁਐਸਚਨ ਹੈ ਫੂਲਕੀਆ ਮਿਸਲ। ਹਾਂਜੀ, ਨੈਕਸਟ ਕੁਐਸਚਨ ਹੈਗਾ ਜੀ, ਵੱਡਾ ਘੱਲੂਘਾਰਾ। ਵੱਡਾ ਘੱਲੂਘਾਰਾ ਕਦੋਂ ਹੋਇਆ? ਤਾਂ ਇਹ 5 ਫਰਵਰੀ 1762 ਨੂੰ ਕੁੱਪ ਇੱਕ ਜਗ੍ਹਾ ਹੈਗੀ ਆ, ਉੱਥੇ ਵੱਡਾ ਘੱਲੂਘਾਰਾ ਹੋਇਆ। 5 ਫਰਵਰੀ 1762 ਨੂੰ ਕੁੱਪ ਦੇ ਵਿੱਚ ਵੱਡਾ ਘੱਲੂਘਾਰਾ ਵਾਪਰਿਆ। 2 ਘੱਲੂਘਾਰੇ ਹੋਏ ਨੇ, ਛੋਟਾ ਘੱਲੂਘਾਰਾ ਤੇ ਵੱਡਾ। ਛੋਟਾ ਘੱਲੂਘਾਰਾ ਕਾਨੂੰਵਾਲ 'ਚ ਹੋਇਆ ਸੀ, ਵੱਡਾ ਘੱਲੂਘਾਰਾ ਕੁੱਪ 'ਚ ਹੋਇਆ ਸੀਗਾ ਜੀ। ਅੱਗੇ ਹੈਗਾ ਜੀ ਬਰਥ, ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੁੰਦਾ ਜੀ? ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਹੋਇਆ ਜੀ, ਬਡਰੁੱਖਾਂ ਦੇ ਵਿੱਚ। 13 ਨਵੰਬਰ 1780 ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਤੁਸੀਂ ਜਾਣਦੇ ਹੋ ਮਹਾਰਾਜਾ ਰਣਜੀਤ ਸਿੰਘ ਸ਼ੁਕਰ ਚੱਕੀਆ ਮਿਸਲ ਨਾਲ ਸੰਬੰਧਿਤ ਸੀ। ਠੀਕ ਹੈ ਜੀ, ਚੜ੍ਹਤ ਸਿੰਘ, ਮਹਾਂ ਸਿੰਘ ਇਹਨਾਂ ਦੇ ਵੱਡੇ ਆਗੂ ਹੋਏ ਨੇ। ਜੱਸਾ ਸਿੰਘ ਆਲੂਵਾਲੀਆ ਦੇ ਨਾਲ ਘੱਲੂਘਾਰਿਆਂ ਦੇ ਵਿੱਚ ਲੜੇ ਨੇ, ਤਾਂ ਉਸੇ ਪਰਿਵਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਤੇ ਅੱਗੇ ਜਾ ਕੇ ਇਹ ਪੰਜਾਬ ਦਾ ਸ਼ਾਸਕ ਬਣਦਾ, ਪੂਰੇ ਸਿੱਖ ਰਾਜ ਨੂੰ ਇਕੱਠਾ ਕਰਦਾ। ਨੈਕਸਟ ਕੁਐਸਚਨ ਜੀ, ਜਮਜਮਾ ਕੀ ਸੀ ਵੀ? ਵਟ ਇਜ਼ ਜਮਜਮਾ? ਜਮਜਮਾ ਇੱਕ ਤੋਪ ਸੀ ਜੀ, ਜਮਜਮਾ ਇੱਕ ਤੋਪ ਸੀ। ਇਹਨੂੰ ਭੰਗੀਆਂ ਦੀ ਤੋਪ ਵੀ ਕਿਹਾ ਜਾਂਦਾ। ਝੰਡਾ ਸਿੰਘ ਨੇ ਰਾਮਨਗਰ ਦੀ ਲੜਾਈ ਦੇ ਵਿੱਚ ਜਮਜਮਾ ਤੋਪ ਅਫਗਾਨਾਂ ਤੋਂ ਪ੍ਰਾਪਤ ਕੀਤੀ ਸੀਗੀ, ਫਿਰ ਇਹਨੂੰ ਅੰਮ੍ਰਿਤਸਰ ਦੇ ਵਿੱਚ ਰੱਖਿਆ ਗਿਆ। ਜਦੋਂ ਰਣਜੀਤ ਸਿੰਘ ਨੇ 1805 ਦੇ ਵਿੱਚ ਸਾਹਿਬ ਸਿੰਘ ਭੰਗੀ ਦੀ ਜਿਹੜੀ ਵਿਧਵਾ ਸੀ ਉਹਦੇ ਤੋਂ ਇਹ ਜਮਜਮਾ ਤੋਪ ਤੇ ਲੋਹਗੜ੍ਹ ਦਾ ਕਿਲਾ ਅੰਮ੍ਰਿਤਸਰ ਤੋਂ ਜਿਹੜਾ ਹੈਗਾ ਪ੍ਰਾਪਤ ਕੀਤਾ ਰਣਜੀਤ ਸਿੰਘ ਨੇ, ਤੇ ਅੰਮ੍ਰਿਤਸਰ ਨੂੰ ਆਪਦੇ ਰਾਜ ਦੇ ਵਿੱਚ ਮਿਲਾ ਲਿਆ। ਤਾਂ ਕਰਕੇ ਇਸ ਤੋਪ ਨੂੰ ਭੰਗੀਆਂ ਦੀ ਤੋਪ ਵੀ ਕਿਹਾ ਜਾਂਦਾ, ਜਮਜਮਾ ਤੋਪ ਇਹਦਾ ਨਾਮ ਸੀਗਾ। ਠੀਕ ਹੈ ਜੀ, ਅੱਗੇ ਜੀ, ਅੱਗੇ ਹੈਗਾ ਜੀ, ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਦੋਂ ਆਪਦੇ ਅਧੀਨ ਕੀਤਾ, ਕੈਪਚਰ ਕਦੋਂ ਕੀਤਾ? ਤਾਂ 1819 ਦੇ ਵਿੱਚ ਕਸ਼ਮੀਰ ਨੂੰ ਆਪਦੇ ਅਧੀਨ ਕੀਤਾ। ਕਈ ਸਾਰੀਆਂ ਮੁਹਿੰਮਾਂ ਦੇ ਬਾਅਦ ਕਸ਼ਮੀਰ ਨੂੰ ਜਿੱਤਾ ਗਿਆ। ਦੀਵਾਨ ਮੋਤੀ ਰਾਮ ਨੂੰ ਪਹਿਲਾ ਗਵਰਨਰ ਬਣਾਇਆ ਗਿਆ ਕਸ਼ਮੀਰ ਦਾ, ਇਹ ਵੀ ਨੋਟ ਕਰਨ ਵਾਲੀ ਗੱਲ ਆ। 1819 ਦੇ ਵਿੱਚ ਦੀਵਾਨ ਮੋਤੀ ਰਾਮ ਨੂੰ ਪਹਿਲਾ ਗਵਰਨਰ ਬਣਾਇਆ ਗਿਆ ਕਸ਼ਮੀਰ ਦਾ। ਫਿਰ ਉੱਥੋਂ ਦਾ ਸੰਚਾਲਨ ਦੀਵਾਨ ਮੋਤੀ ਰਾਮ ਅੱਛੇ ਤਰੀਕੇ ਨਾਲ ਸੰਭਾਲ ਨਹੀਂ ਸਕੇ, ਤਾਂ 1820 ਦੇ ਵਿੱਚ ਹਰੀ ਸਿੰਘ ਨਲੂਆ ਨੂੰ ਕਸ਼ਮੀਰ ਦਾ ਜੋ ਗਵਰਨਰ ਨਿਯੁਕਤ ਕਰ ਦਿੱਤਾ ਗਿਆ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ।
हाँ जी, नैशनलिटी फ्रांसिस अलार्ड की नैशनलिटी पूछी गई है कि किहड़े देश नाल संबंधित सी, तां इह फ्रेंच सी जी। देखो जिहड़ी महाराजा रणजीत सिंह दे विच अलार्ड की गल कर लिए, वैतूरा की गल कर लिए, यह सारे लोग सीगे जिहड़े फ्रेंच जां फ्रांस नाल संबंधित ही सी। जदों नपोलियन बोनापार्ट की हार हो जाती है, उहदी फौज नूं तोड़ दिता जांदा, तां जिहड़े उहदे ऑफिसर सीगे उह महाराजा रणजीत सिंह की फौज दे विच शिफ्ट हो गए सी, तां करके इह फ्रेंच सीगे सारे, इह वी फ्रेंच सी। ठीक है जी, अगे चलते हैं जी। हाँ जी, हु वॉज अपॉइंटेड कमिश्नर ऑफ जलंधर दुआब इन 1846। कौन सीगा बई जलंधर दुआब का जिहड़ा कमिश्नर सी 1846। ठीक है जी, तो यह जॉन लॉरेंस सीगा जी, जॉन लॉरेंस। बेसिकली यह कंसैप्ट की आ कि जो 1846 तक पहली एंगलो वार हो चुकी सी, एंगलो सिख वार, जदों पहली एंगलो सिख वार हुंदी आ ते उस युद्ध दे विच अंग्रेज जितदे ने ते सिख हारदे ने, तां जदों संधि हुंदी आ उस संधि दे विच अंग्रेज सिख राज तों कुछ हिस्से लै लैंदे ने, उन्हां हिस्सों दे विच ही जलंधर दुआब सी। जदों अंग्रेजां ने आपदे अधीन इस खेत्र नूं कर लिया, क्योंकि इदू पहलां तां इह महाराजा रणजीत सिंह दा इलाका सी, तां जदों अंग्रेजां ने आपदे अधीन इहनूं कीता तां इस खेत्र दा जिहड़ा शासक जां गवर्नर लगाया गया जां कमिश्नर लगाया गया वह जॉन लॉरेंस नूं लगाया गया सी। तां इह बहुत इंपॉर्टेंट क्वेश्चन आ जी। ठीक है जी, चलो जी अगे चलते हैं जी। तां ब्रिटिश लोगों ने जां ब्रिटिश ने पंजाब ते कब्जा कदों कीता, कदों पंजाब नूं जोड़िया, इह तां तुसीं सारे जानदे हो कि 1849 दे विच ब्रिटानिया ने, ब्रिटिश ने कंपनी ने पंजाब ते कब्जा कर लिया ते पंजाब नूं आपदे अधीन कर लिया, आपदे नाल जोड़ लिया। ठीक है जी, 29 मार्च 1849 का वह दिन सी जदों ब्रिटिश ने पंजाब नूं आपदे अधीन किया। तो लास्ट क्वेश्चन हैगा जी, मोहन जोदड़ो का अर्थ की आ, लोकल लोग मोहन जोदड़ो जो शहर आ, क्योंकि टिब्बियां ते टिल्लियां ते वसिया होया शहर सी, जदों इस खदाई तो पहला लोग कदे उत्थों कोई चीज़ां वगैरह लैण जांदे तां उत्थों फॉसिल्स निकलदियां सी, तां करके उहदा नाम की पिया, माउंट ऑफ डैथ, मुरदियां दा टिल्ला, मुरदियां दा ढेर जां मुरदियां दा टिल्ला, तां मोहन जोदड़ो नूं मुरदियां दा टिल्ला कहा जांदा। सो दोस्तों, ऐसे दे नाल ही साडा इह जिहड़ा लैक्चर आ इह खत्म हुंदा लैक्चर। इस लैक्चर दे विच अज असीं जिहड़ा मास्टर किट दा लास्ट प्रीवियस ईयर पेपर आगा 2017 दा पेपर, असीं उस पेपर नूं डिस्कस कीता। असीं इह क्वेश्चनस नूं डिस्कस ना बहुत ही ज़्यादा डीपली कीता, ना बिल्कुल कल्ले आंसरस तक रहे हैं, कोशिश की आ कि एक लिमिट टाइम दे विच तुहानूं एक हिंट, एक कंसैप्ट दिता जाए कि पिछले पेपर किस तरह के आए ने, तां कि तुसीं आउण वाले पेपर की तैयारी करन लई इस नूं एक बेस मन सको, तुहानूं थोड़ा सौखा हो जाए, तुहानूं थोड़ी आसानी हो जाए कि तुसीं किस तरह के क्वेश्चन जिहड़े हैगे पेपर दे विच आउंदे ने, तां आपां कोशिश की आ कि उहनां नूं अच्छे तरीके नाल समझ सकीए। फिर भी जे इन्हां कंसैप्ट्स नूं तुसीं बहुत अच्छे तरीके नाल समझना तां उह तुहानूं लाइव क्लासेस च आउणा पऊगा। यूट्यूब ते फिलहाल साडा एक लाइव सैशन चल रहा, डेली असीं एक लैक्चर एक कंसैप्ट नाल रिलेटड पाउणे आ, जिवें कि पिछले 3 तों 4 लैक्चरस ने जिहड़े साडे उह इंडस वैली नाल संबंधित ने, उस तों पहलां असीं हिस्टरी सबजैक्ट नाल संबंधित 2 लैक्चरस पाए ने, सिलेबस नाल संबंधित लैक्चर पाया, तां जे तुसीं उह लैक्चरस लगाओगे तां तुहानूं थोड़ा आइडिया रहूगा, पता लगेगा कि किस तरीके नाल पढ़िया जांदा जां किस तरीके नाल असीं पढ़ना तां कि असीं पेपर दे विच अच्छा स्कोर कर सकीए, जॉब ते आ सकीए। तां साडी इह तुहाडे लई कोशिश आ, आस आ तुहानूं पसंद आई होगी। अज लई इन्ना काफ़ी आ, मिलदे हां नैक्सट डे एक नवें सैशन दे विच। तां शुक्रिया, थैंक यू, मेहरबानी, गुड लक।